Friends, welcome you all to our YouTube channel Punjabi Theatre Academy. Most inspired woman, the first episode ਦੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਫਲਤਾ ਦੇ ਆਸਮਾਨ ਤੇ ਚਮਕਣ ਵਾਲੇ ਸਿਤਾਰਿਆਂ ਦੀ ਕਹਾਣੀ ਸੁਣੋ ਉਹਨਾਂ ਦੇ ਹੀ ਜ਼ੁਬਾਨੀ ਐਸੇ ਲੜੀ ਦੇ ਤਹਿਤ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਮੋਸਟ ਇਨਸਪਾਇਰਿੰਗ ਵੂਮਨ ਥੀਏਟਰ ਦੀ ਇੱਕ ਜਾਣੀ ਮਾਣੀ ਪਰਸਨੈਲਿਟੀ ਤੇ ਫਿਲਮਾਂ ਦੇ ਵਿੱਚ ਵੀ ਬਤੌਰ ਅਦਾਕਾਰਾ ਕੰਮ ਕਰ ਰਹੀ ਹੈ ਤੇ ਇਹਨਾਂ ਦਾ ਨਾਮ ਹੈ ਸੰਗੀਤਾ ਗੁਪਤਾ ਜੀ ਸੋ ਪਲੀਜ਼ ਵੈਲਕਮ ਟੂ ਅਵਰ ਸ਼ੋ ਮੋਸਟ ਇਨਸਪਾਇਰਿੰਗ ਵੂਮਨ ਸੰਗੀਤਾ ਗੁਪਤਾ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਹਰਪਿੰਦਰ ਜੋ ਤੁਹਾਡਾ ਕਾਲ ਆਇਆ ਸੀ ਤਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਤੁਹਾਨੂੰ ਹਾਂ ਕਹਾਂ ਕਿ ਨਾ ਕਹਾਂ ਕਿਉਂਕਿ ਜਿੱਥੇ ਮੈਂ ਜੌਬ ਕਰਦੀ ਹਾਂ ਮੇਰਾ ਸ਼ੈਡਿਊਲ ਕਾਫੀ ਬਿਜ਼ੀ ਹੁੰਦਾ ਅਤੇ ਅੱਜ ਕੱਲ੍ਹ ਮੈਂ ਉਹਨਾਂ ਦੇ ਇੱਕ ਸੀਰੀਅਲ 'ਚ ਐਕਟਿੰਗ ਵੀ ਕਰ ਰਹੀ ਹਾਂ ਇਸ ਕਰਕੇ ਫਿਰ ਆਪਣਾ ਐਕਟਿੰਗ ਸਕੂਲ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਮੈਂ ਹਾਂ ਫਿਰ ਵੀ ਤੁਸੀਂ ਆਪਣਾ ਟਾਈਮ ਦਿੱਤਾ ਸਾਨੂੰ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਛਾ ਮੈਂ ਗੱਲਾਂ ਅੱਗੇ ਕਰਦੇ ਹਾਂ ਤੁਹਾਡਾ ਕਰੀਅਰ ਕਿੱਦਾਂ ਸਟਾਰਟ ਹੋਇਆ ਐਜ਼ ਐਨ ਐਕਟਰੈਸ ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਐਕਟਰੈਸ ਬਣਨਾ ਪਰ ਕਿਉਂਕਿ ਕਾਲਜ ਵਿੱਚ ਪੜ੍ਹਦੇ ਮੈਂ ਯੂਥ ਫੈਸਟੀਵਲ 'ਚ ਪਾਰਟੀਸਪੇਟ ਕੀਤਾ ਮੋਨੋ ਐਕਟਿੰਗ ਹੁੰਦੀ ਜਿਹੜੀ ਹਿਸਟਰੋਨਿਕਸ ਉੱਥੋਂ ਮੈਨੂੰ ਦੂਰਦਰਸ਼ਨ ਵਾਲਿਆਂ ਨੇ ਵੇਖ ਲਿਆ ਉਹਨਾਂ ਨੇ ਮੈਨੂੰ ਕਿਹਾ ਕਿ ਆਓ ਤੁਸੀਂ ਦੂਰਦਰਸ਼ਨ 'ਤੇ ਕੰਮ ਕਰੋ ਮੈਂ ਦੂਰਦਰਸ਼ਨ ਦਾ ਇੱਕ ਸੀਰੀਅਲ ਕਰ ਲਿਆ 18 ਸਾਲ ਦੀ ਉਮਰ 'ਚ 60 ਸਾਲ ਦੀ ਔਰਤ ਦਾ ਰੋਲ ਕੀਤਾ ਉਹ ਯੂਥ ਫੈਸਟੀਵਲ ਕਰਕੇ ਪੰਜਾਬੀ ਕਾਫੀ ਵਧੀਆ ਹੋ ਗਈ ਸੀ ਮਤਲਬ ਬਾਣੀਆਂ ਦੀ ਕੁੜੀਆਂ ਅਤੇ ਬੜਾ ਹੀ ਸੌਫਟ ਬੋਲਦੇ ਨੇ ਉਹ ਸਾਰੇ ਪਰ ਕਿਉਂਕਿ ਜਿਹੜੀ ਮੋਨੋ ਐਕਟਿੰਗ ਸੀਗੀ ਉਹ ਪੂਰੀ ਜੱਟਾਂ ਵਾਲੀ ਦੇਸੀ ਸੀਗੀ ਅਤੇ ਥੋੜ੍ਹੀ ਥੋੜ੍ਹੀ ਭਾਸ਼ਾ 'ਚ ਬਦਲਾਵ ਆਉਣਾ ਸ਼ੁਰੂ ਹੋਇਆ ਉਹਨਾਂ ਨੇ ਕਿਹਾ ਕਿ ਬੜੀ ਵਧੀਆ ਪੰਜਾਬੀ ਬੋਲਦੀ ਹੈ ਇਸ ਤਰ੍ਹਾਂ ਮੈਂ ਗ੍ਰੈਜੂਏਸ਼ਨ ਕਰਦੇ ਨਾ 3 ਸੀਰੀਅਲ ਕਰ ਲਏ ਸੀਰੀਅਲ ਦੇ ਸੈੱਟ 'ਤੇ ਮੇਰੇ ਫਾਦਰ ਗਏ ਹੋਏ ਸੀ ਸਤੀਸ਼ ਵਰਮਾ ਆਏ ਹੋਏ ਸੀ ਕਹਿੰਦੇ ਜੀ ਕੁੜੀ ਬਹੁਤ ਵਧੀਆ ਬੋਲਦੀ ਹੈ ਪੰਜਾਬੀ ਤੁਸੀਂ ਇਹਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਦੀ ਐਮਏ ਕਰਾਓ ਇਹ ਕਿਹੜੇ ਈਅਰ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਹੈਗੀ ਹੈ 1988 ਦੀ ਗੱਲ ਅੱਛਾ ਮੈਂ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਮੇਰੇ ਫਾਦਰ ਕਹਿੰਦੇ ਵੀ ਨਹੀਂ ਅਸੀਂ ਆਪਣੀ ਕੁੜੀ ਨੂੰ ਇਸ ਲਾਈਨ 'ਚ ਨਹੀਂ ਭੇਜਣਾ ਹੈਗਾ ਉਹ ਤਾਂ ਅਸੀਂ ਸ਼ੌਕੀਆ ਕਰਾਤਾ ਉਹਨਾਂ ਨੇ ਕਿਹਾ ਵੀ ਨੌਕਰੀਆਂ ਚੰਗੀਆਂ ਮਿਲਣਗੀਆਂ ਵੀ ਇਹ ਟੀਚਰ ਨਹੀਂ ਬਣਨਾ ਚਾਹੁੰਦੀ ਨੌਕਰੀਆਂ ਚੰਗੀਆਂ ਮਿਲਣਗੀਆਂ ਤੁਸੀਂ ਕਿਸੇ ਰੇਡੀਓ ਟੀਵੀ 'ਤੇ ਪ੍ਰੋਡਿਊਸਰ ਲਾ ਦਿਓ ਇਹਨੂੰ ਵਧੀਆ ਰਿਸਪੈਕਟੇਬਲ ਜੋਬ ਹੈ ਇਹ ਸੋਚ ਕੇ ਮੇਰੇ ਫਾਦਰ ਨੇ ਮੈਨੂੰ ਉੱਥੇ ਐਡਮਿਸ਼ਨ ਮੇਰੀ ਕਰਾਤੀ ਉਹਨੂੰ ਪਤਾ ਲੱਗਿਆ ਉੱਥੇ ਸਕਾਲਰਸ਼ਿਪ ਵੀ ਮਿਲੇਗਾ ਪੜ੍ਹਨ ਦਾ ਫਿਰ ਜਦੋਂ ਡਿਪਾਰਟਮੈਂਟ 'ਚ ਐਂਟਰੀ ਹੋਈ ਹਰਪਿੰਦਰ ਉੱਥੇ ਜਾ ਕੇ ਦੁਨੀਆ ਹੀ ਬਦਲ ਗਈ ਅੱਛਾ 3 ਕੁ ਮਹੀਨੇ ਤਾਂ ਬੜੀ ਇਨਸਲਟ ਹੋਈ ਕਿਉਂਕਿ ਥੀਏਟਰ ਕਦੇ ਕੀਤਾ ਨਹੀਂ ਸੀ ਜ਼ੁਬਾਨ ਨਿਕਲਦੀ ਨਹੀਂ ਸੀ ਬਹੁਤ ਹੌਲੀ ਹੌਲੀ ਬੋਲਣ ਦੀ ਆਸ ਸੀ ਟੀਵੀ ਦੇ ਹਿਸਾਬ ਨਾਲ ਓਕੇ 3-4 ਮਹੀਨੇ ਬਾਅਦ ਪਤਾ ਲੱਗਿਆ ਕਿਹੜੀ ਦੁਨੀਆ ਵਿੱਚ ਆ ਗਈ ਹੈ ਅੱਛਾ ਤੇ ਫਿਰ ਮੇਰੀ ਤਿਆਰੀ ਸ਼ੁਰੂ ਹੋਈ ਓਕੇ ਜਿਹੜੀ ਅਸਲ ਤਿਆਰੀ ਤੁਹਾਡੀ ਹਾਂ ਉਦੋਂ ਆ ਕੇ ਸ਼ੁਰੂ ਹੋਈ ਜਿਹੜੇ ਤੱਕੇ ਖਾਣੇ ਦੇ 3 ਮਹੀਨੇ ਦੇ ਚੁਕਾ ਲਏ ਉਹਨਾਂ 3 ਮਹੀਨਿਆਂ ਦੇ ਵਿੱਚ ਮੇਰੀ ਤਿਆਰੀ ਸ਼ੁਰੂ ਹੋਈ ਤੇ ਮੈਂ 2 ਸਾਲ ਦੀ ਐਮਏ ਜਿਹੜੀ ਅਸੀਂ ਲਗਭਗ 2.5 ਸਾਲ 'ਚ ਕੀਤੀ ਸਾਡਾ ਇੱਕ ਸਮੈਸਟਰ ਜ਼ੀਰੋ ਹੋ ਗਿਆ ਸੀ ਸਟ੍ਰਾਈਕ ਕਰਤੀ ਸੀ ਓਕੇ ਹੈਡ ਆਫ ਦਾ ਡਿਪਾਰਟਮੈਂਟ ਨੂੰ ਚੇਂਜ ਕਰਨਾ ਚਾਹੁੰਦੇ ਸਾਰੀ ਕਲਾਸ ਨੇ ਸਟ੍ਰਾਈਕ ਕਰਤੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਾਂ ਅਸੀਂ ਪੇਪਰ ਨਹੀਂ ਦਿੱਤੇ ਪ੍ਰੈਕਟੀਕਲ ਨਹੀਂ ਦਿੱਤੇ ਸੋ ਜਿਹੜੀ ਐਮਏ 90 ਤੋਂ 92 'ਚ ਹੋ ਜਾਣੀ ਚਾਹੀਦੀ ਸੀ ਉਹ 90 ਤੋਂ 92.5 ਅੱਛਾ ਤੇ ਕੰਪਲੀਟ ਹੋਈ 2.5 ਸਾਲਾਂ ਵਿੱਚ ਬਸ ਉਹ ਜਿਹੜਾ ਸਫ਼ਰ ਹੈ ਨਾ ਉਹ ਜ਼ਿੰਦਗੀ ਦਾ ਲਰਨਿੰਗ ਸਫ਼ਰ ਹੈ ਉਹਦੇ ਦਰਮਿਆਨ ਜੋ ਕੁਝ ਵੀ ਸਿੱਖਿਆ ਪੜ੍ਹਿਆ ਅਤੇ ਡਿਪਾਰਟਮੈਂਟ 'ਚ ਬਹੁਤ ਸਾਰੀਆਂ ਪ੍ਰੋਡਕਸ਼ਨਸ ਹੋਈਆਂ ਜਿਹੜੀਆਂ ਕਿ ਫੀਮੇਲ ਓਰੀਐਂਟਿਡ ਸੀਗੀਆਂ ਜਿਨ੍ਹਾਂ 'ਚ ਮੈਂ ਲੀਡ ਰੋਲ ਕੀਤੇ ਵਧੀਆ ਬਸ ਉਹ ਜਰਨੀ ਸੀਗੀ UGC ਨੈਟ ਕੁਆਲੀਫਾਈ ਕੀਤਾ ਇੰਨਾ ਪੜ੍ਹਿਆ ਜਾਣਨ ਦੀ ਇੰਨੀ ਇੱਛਾ ਸੀਗੀ ਪਰ ਅਦਰਵਾਈਜ਼ ਮੈਂ ਤਾਂ ਬਚਪਨ ਤੋਂ ਲਾਇਰ ਬਣਨਾ ਚਾਹੁੰਦੀ ਸੀ ਵਕੀਲ ਕਿਸਮਤ ਨੇ ਧੱਕਾ ਦਿੱਤਾ ਬਸ ਦੇਖੋ ਕਿਵੇਂ ਜਰਨੀ ਹੁੰਦੀ ਚਲੀ ਗਈ 2-3 ਵਾਰ ਲਾਅ ਦਾ ਐਂਟਰੈਂਸ ਟੈਸਟ ਦੇਣ ਦੀ ਕੋਸ਼ਿਸ਼ ਕੀਤੀ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹਮੇਸ਼ਾ ਡੇਟ ਲੰਘ ਗਈ ਅੱਛਾ ਡੈਸਟੀਨੀ 'ਚ ਲਿਖਿਆ ਹੋਇਆ ਸੀ ਕਿ ਮੈਂ ਇਸ ਲਾਈਨ 'ਚ ਆਉਣਾ ਮੈਂ ਐਕਟਰੈਸ ਬਣਨਾ ਅਤੇ ਬਸ ਫਿਰ ਮੈਂ ਐਕਟਰੈਸ ਬਣ ਗਈ ਅੱਛਾ ਮੈਮ ਇੰਸਪੀਰੇਸ਼ਨ ਤੁਹਾਨੂੰ ਕਿੱਥੋਂ ਮਿਲੀ ਇਸ ਦੇ ਵਿੱਚ ਆਉਣ ਦੇ ਲਈ ਹੁੰਦਾ ਨਾ ਕੋਈ ਸਾਨੂੰ ਕੋਈ ਇਨਸਪਾਇਰ ਕਰਦਾ ਕਿਸੇ ਤੋਂ ਅਸੀਂ ਪ੍ਰਭਾਵਿਤ ਹੋ ਜਾਂਦੇ ਆ ਉਹ ਕਿੱਦਾਂ ਤੁਹਾਨੂੰ ਇਨਸਪੀਰੇਸ਼ਨ ਕਿੱਥੋਂ ਮਿਲੀ ਇਨਸਪੀਰੇਸ਼ਨ ਤਾਂ ਐਸ ਸੱਚ ਨਹੀਂ ਕਹਿ ਸਕਦੇ ਪਰ ਲੇਕਿਨ ਇਹ ਹੈ ਕਿ ਜਦੋਂ ਮੈਂ ਐਕਸੀਡੈਂਟਲੀ ਇਸ ਲਾਈਨ 'ਚ ਆਈ ਹਾਂ ਅਤੇ ਐਕਸੀਡੈਂਟਲੀ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਹੋਰ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਨੇ ਮੈਨੂੰ ਇਨਸਪਾਇਰ ਕੀਤਾ ਡਾਕਟਰ ਸਤੀਸ਼ ਵਰਮਾ ਡਾਕਟਰ ਆਤਮਜੀਤ ਬਲਰਾਜ ਪੰਡਿਤ ਜਿਹੜੇ ਕਿ ਮੇਰੇ ਐਕਟਿੰਗ ਦੇ ਗੁਰੂ ਨੇ ਹੈ ਨਾ ਡਾਕਟਰ ਨਮਨਿੰਦਰਾ ਬਹਿਲ ਇੱਦਾਂ ਦੇ ਬਹੁਤ ਸਾਰੇ ਟੀਚਰਸ ਨੇ ਜਿਨ੍ਹਾਂ ਦੇ ਪੜ੍ਹਾਉਣ ਦੇ ਤਰੀਕੇ ਨੇ ਜਿਨ੍ਹਾਂ ਨੇ ਮੈਨੂੰ ਇਸ ਗੱਲ ਲਈ ਪ੍ਰੋਤਸਾਹਿਤ ਕੀਤਾ ਕਿ ਹਾਂ ਤੂੰ ਵਧੀਆ ਕਰਦੀ ਹੈ ਤੂੰ ਇਸ ਲਾਈਨ 'ਚ ਕੁਛ ਕਰ ਸਕਦੀ ਹੈ ਅਤੇ ਫਿਰ ਹੌਲੀ ਹੌਲੀ ਜਦੋਂ ਤੁਸੀਂ ਇੱਧਰ ਆ ਵੀ ਗਏ ਡਿਪਾਰਟਮੈਂਟ 'ਚ ਪੜ੍ਹਦੇ ਹੋਏ ਸੈਲਫ ਡਿਪੈਂਡੈਂਟ ਹੋ ਗਈ ਸੀ ਮੈਂ ਰੇਡੀਓ 'ਤੇ ਟੈਲੀਵਿਜ਼ਨ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਡਾਕਟਰ ਨਹੀਂ ਸਤੀਸ਼ ਕੌਲ ਸਾਹਿਬ ਨੇ ਜਲੰਧਰ ਦੂਰਦਰਸ਼ਨ ਤੋਂ ਉਹ ਆਏ ਸੀਗੇ ਸਾਡਾ ਪ੍ਰੈਕਟੀਕਲ ਲੈਣ ਕਿਉਂਕਿ ਜ਼ਿਆਦਾ ਲੋਕ ਹਿੰਦੀ ਨਹੀਂ ਕਲੀਅਰਲੀ ਬੋਲ ਪਾਉਂਦੇ ਸੀ ਮੈਂ ਉਹਨਾਂ ਨਾਲ ਘੱਟੋ ਘੱਟ 9 ਸੀਰੀਅਲ ਕੀਤੇ ਅਤੇ ਰੇਡੀਓ 'ਤੇ ਬਹੁਤ ਸਾਰੇ ਪ੍ਰੋਗਰਾਮ ਯੁਵ ਬਾਣੀ
ਸੀਰੀਅਲ ਕਿੱਥੇ ਕਿੱਥੇ ਦੂਰਦਰਸ਼ਨ ਤੇ ਉਹਨਾਂ ਦੇ ਵਿੱਚ ਦੂਰਦਰਸ਼ਨ ਨਹੀਂ ਸੀ ਸੈਟੇਲਾਈਟ ਨਹੀਂ ਸੀ ਹਾਂਜੀ 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 ਤੇ ਬਸ ਫਿਰ ਉਹਨਾਂ ਨਾਲ ਕੰਮ ਕਰਦੇ ਕਰਦੇ ਮੈਨੂੰ ਪੈਸੇ ਮਿਲਣ ਲੱਗ ਗਏ ਫਿਰ ਮੈਨੂੰ ਰੇਡੀਓ ਤੇ ਪੈਸੇ ਮਿਲਣ ਲੱਗ ਗਏ ਫਿਰ ਮੈਂ ਘਰਦਿਆਂ ਨੂੰ ਕਿਹਾ ਹੁਣ ਮੈਨੂੰ ਪੈਸੇ ਨਹੀਂ ਚਾਹੀਦੇ ਤੁਹਾਡਾ ਇੱਕ ਸੋਰਸ ਆਫ ਇਨਕਮ ਸ਼ੁਰੂ ਹੋ ਗਿਆ ਹਾਂ ਮੈਂ ਉਹਨਾਂ ਨੂੰ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਹੁਣ ਮੈਂ ਇਸੇ ਲਾਈਨ 'ਚ ਕੰਮ ਕਰਨਾ ਹੁਣ ਮੈਂ ਕੁਛ ਨਹੀਂ ਸੋਚਿਆ ਤੇ ਟਾਟਾ ਬਾਏ ਬਾਏ ਉਹ ਕਹਿੰਦੇ ਅਸੀਂ ਤੇਰਾ ਵਿਆਹ ਕਰਨਾ ਮੈਂ ਕਿਹਾ ਵਿਆਹ ਕਰਾਉਣਾ ਨਹੀਂ ਹਰਪਿੰਦਰ ਸਾਡੀ ਨਾ ਜਿਹੜਾ ਸਮਾਜ ਹੈ ਉਹਨੂੰ ਅਸੀਂ ਨਾ ਚਾਹੁੰਦੇ ਹੋਏ ਵੀ ਇਹ ਕਹਿ ਸਕਦੇ ਹਾਂ ਕਿ ਉਹ ਮੇਲ ਡੋਮੀਨੇਟਿੰਗ ਸੋਸਾਇਟੀ ਹੈ ਸਾਡੀ ਪਿਤਰੀ ਸੱਤਾ ਹੈ ਹਾਂਜੀ ਹਾਂਜੀ ਉਸ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ ਤੇ ਬਚਪਨ ਤੋਂ ਹੀ ਮੈਨੂੰ ਮੇਰੇ ਮਨ ਦੇ ਅੰਦਰ ਸਵਾਲ ਬਹੁਤ ਪੈਦਾ ਹੁੰਦੇ ਸੀ ਪਰ ਸਵਾਲਾਂ ਦੇ ਜਵਾਬ ਨਹੀਂ ਸੀ ਮਿਲਦੇ ਅੱਛਾ ਕਹਿੰਦੇ ਸੀ ਨਾ ਕਹਿੰਦੇ ਸਾਡਾ ਘਰ ਕਚਹਿਰੀ ਥੋੜ੍ਹੀ ਹੈ ਅਤੇ ਨਾ ਤੂੰ ਵਕੀਲ ਹੈ ਵੀ ਤੂੰ ਸਵਾਲ ਕਰੇ ਜਿਰਾ ਕਰੇ ਮੈਨੂੰ ਕਹਿੰਦੇ ਸੀ ਬਸ ਚੁੱਪ ਰਹਿ ਤੇ ਇਸੇ ਕਰਕੇ ਮੇਰੇ ਮਨ 'ਚ ਸੁਪਨਾ ਪੈਦਾ ਹੋਇਆ ਕਿ ਮੈਂ ਲਾਇਰ ਬਣਨਾ ਕਿਉਂਕਿ ਮੈਨੂੰ ਇਹ ਸੀਗਾ ਕਿ ਮੇਰੇ ਸ਼ਾਇਦ ਲਾਇਰ ਬਣਨ ਤੋਂ ਬਾਅਦ ਸਾਰੇ ਸਵਾਲਾਂ ਦੇ ਆਪਣੇ ਹੱਥ ਨਹੀਂ ਲੜ ਸਕਦੇ ਹਨਾ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਕਿਉਂ ਮਿਲ ਗਏ ਜਵਾਬ ਫਿਰ ਤੁਹਾਨੂੰ ਹਾਂ ਓਕੇ ਹੌਲੀ ਹੌਲੀ ਕੁਝ ਸਵਾਲਾਂ ਦੇ ਜਵਾਬ ਜੀਵਨ ਦੇ ਸਫ਼ਰ ਵਿੱਚ ਜਾ ਕੇ ਮਿਲਦੇ ਹੈ ਉਹਨਾਂ ਦਾ ਪਤਾ ਸਾਡੇ ਘਰਦਿਆਂ ਨੂੰ ਵੀ ਨਹੀਂ ਹੁੰਦਾ ਕਿ ਉਹਨਾਂ ਨੇ ਸਵਾਲਾਂ ਦਾ ਕੀ ਜਵਾਬ ਦੇਣਾ ਮੈਂ ਇਹ ਕਹਿੰਦੀ ਸੀ ਮੁੰਡੇ ਅਤੇ ਕੁੜੀ 'ਚ ਫਰਕ ਕਿਉਂ ਕੀਤਾ ਜਾਂਦਾ ਹੈ ਜੋ ਮੇਰਾ ਭਰਾ ਕਰ ਸਕਦਾ ਉਹ ਮੈਂ ਕਿਉਂ ਨਹੀਂ ਕਰ ਸਕਦੀ ਸ਼ਾਇਦ ਉਸ ਉਮਰ ਵਿੱਚ ਮਾਂ ਬਾਪ ਨੂੰ ਬੱਚਿਆਂ ਨੂੰ ਇੱਕ ਵਧੀਆ ਤਰੀਕੇ ਨਾਲ ਸਮਝਾਉਣਾ ਚਾਹੀਦਾ ਕਿ ਐਕਚੁਅਲੀ ਜਿਸਮਾਨੀ ਵੀ ਫਰਕ ਹੈ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਦੀਆਂ ਕੁਛ ਲੀਹਾਂ ਤੈਅ ਕੀਤੀਆਂ ਗਈਆਂ ਬਸ ਮੈਨੂੰ ਹਮੇਸ਼ਾ ਰੋਕਿਆ ਗਿਆ ਅਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਸਿਰਫ ਜ਼ਿੰਦਗੀ ਜੀਣ ਦੀ ਆਜ਼ਾਦੀ ਚਾਹੀਦੀ ਹੈ ਅਤੇ ਹਰਪਿੰਦਰ ਇੱਕ ਹੋਰ ਗੱਲ ਹੈ ਕਿ ਮੇਰੇ ਆਸ ਪਾਸ ਕੋਈ ਮਤਲਬ ਮੈਰਿਜ ਇੰਸਟੀਟਿਊਸ਼ਨ ਦੇ ਕੋਈ ਬਹੁਤੇ ਵਧੀਆ ਨਤੀਜੇ ਨਹੀਂ ਸੀਗੇ ਸੋ ਮੈਨੂੰ ਉਸ ਇੰਸਟੀਟਿਊਸ਼ਨ ਨਾਲ ਅਟਰੈਕਸ਼ਨ ਨਹੀਂ ਹੋਈ ਪਿਆਰ ਨਹੀਂ ਹੋਇਆ ਵੀ ਹਾਂ ਮੈਂ ਵੀ ਘਰ ਵਸਾਉਣਾ ਮੇਰਾ ਵੀ ਘਰ ਵਾਲਾ ਹੋਏਗਾ ਜੇ ਮੈਂ ਇੱਥੋਂ ਨਿਕਲ ਕੇ ਕਿਤੇ ਹੋਰ ਜਾਵਾਂਗੀ ਮੈਨੂੰ ਲੱਗਿਆ ਕਿ ਮੈਨੂੰ ਆਜ਼ਾਦੀ ਚਾਹੀਦੀ ਹੈ ਆਪਣੀ ਗੱਲ ਕਹਿਣ ਦੀ ਆਪਣੀ ਗੱਲ ਸੁਣਨ ਦੀ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਸੋ ਜਦੋਂ ਮੈਂ ਸੈਲਫ ਡਿਪੈਂਡੈਂਟ ਹੋ ਗਈ ਥੋੜ੍ਹੇ ਜਿਹੇ ਪੈਸੇ ਕਮਾਉਣ ਲੱਗੀ ਕਿੰਨੇ ਹਜ਼ਾਰ 2000 ਖੰਭ ਨਿਕਲਿਆ ਹੈ ਮੇਰੇ ਕਿਉਂਕਿ ਉਹਨਾਂ ਦਿਨਾਂ 'ਚ ਖਰਚੇ ਬਹੁਤ ਘੱਟ ਸੀ ਜਿਹੜਾ 1500 ਰੁਪਏ ਕਮਾਉਂਦਾ ਸੀ ਉਹਨੂੰ ਐਂ ਲੱਗਦਾ ਸੀ ਕਿ ਮੇਰੇ ਸਾਰੇ ਖਰਚੇ ਪੂਰੇ ਹੋ ਸਕਦੇ ਆ ਮੇਰੀਆਂ ਬੇਸਿਕਸ ਪੂਰੀਆਂ ਹੋ ਸਕਦੀਆਂ ਬੇਸਿਕ ਨੀਡਸ ਹਾਂ ਉਹ ਪੂਰੀਆਂ ਹੋ ਸਕਦੀਆਂ ਅਤੇ ਮੈਂ ਘਰਦਿਆਂ ਨੂੰ ਕਿਹਾ ਕਿ ਅੱਛਾ ਜੀ ਸਤਿ ਸ਼੍ਰੀ ਅਕਾਲ ਹੁਣ ਤੁਸੀਂ ਆਪਣੇ ਰਾਹ ਅਤੇ ਮੈਂ ਆਪਣੇ ਰਾਹ ਉਹਨਾਂ ਨੂੰ ਤਾਂ ਸ਼ੌਕ ਲੱਗਿਆ ਇੱਕ ਵਾਰ ਕਿ ਆਹ ਕੀ ਹੈ ਇਹ ਕਾਲਜ ਥੀਏਟਰ ਕਰਦਿਆਂ ਦੀ ਨਹੀਂ ਇਹ ਕਾਲਜ 'ਚ ਨਹੀਂ ਯੂਨੀਵਰਸਿਟੀ 'ਚ ਜਦੋਂ ਮੈਂ ਆ ਗਈ ਸੀ ਯੂਨੀਵਰਸਿਟੀ 'ਚ ਮੈਂ 2.5 ਸਾਲ 'ਚ ਐੱਮਏ ਕੀਤੀ ਅਤੇ 2.5 ਸਾਲ 'ਚ ਐੱਮਏ ਕਰਨ ਤੋਂ ਬਾਅਦ ਫਿਰ ਬਾਹਰ ਰਾਜੇਸ਼ ਭਾਜੀ ਦਾ ਇੱਕ ਗਰੁੱਪ ਸੀ ਸਾਡੇ ਸੀਨੀਅਰ ਸੀ ਨਾਟਕ ਵਾਲਾ ਪਟਿਆਲਾ ਜਿਹਨੂੰ ਬਲਰਾਜ ਪੰਡਿਤ ਅਤੇ ਕ੍ਰਿਸ਼ਨ ਦਿਵੇਦੀ ਉਹਨਾਂ ਦੇ ਨਾਟਕਾਂ ਨੂੰ ਡਾਇਰੈਕਟ ਕਰਦੇ ਸੀ ਉਹਨਾਂ ਨਾਲ ਮੈਂ ਐਜ਼ ਐਨ ਐਕਟਰਸ 1.5 ਸਾਲ 2 ਸਾਲ ਕੰਮ ਕੀਤਾ ਹਾਂ ਪ੍ਰੋਫੈਸ਼ਨਲ ਮੈਨੂੰ ਪੈਸੇ ਮਿਲਦੇ ਸੀ ਨਾਟਕ ਕਰਨ ਦੇ ਆਉਣ ਜਾਣ ਦਾ ਕਿਰਾਇਆ ਵੀ ਮਿਲਦਾ ਸੀ ਅੱਛਾ ਜੀ ਅੱਛਾ ਮੈਂ ਤੁਸੀਂ ਥੀਏਟਰ ਦੀ ਗੱਲ ਸ਼ੁਰੂ ਕੀਤੀ ਹੁਣ ਜਿੱਦਾਂ ਤੁਹਾਨੂੰ ਮੈਂ ਕਾਫੀ ਸਾਲਾਂ ਤੋਂ ਥੀਏਟਰ ਕਰਦੇ ਹੋਏ ਦੇਖ ਰਿਹਾ ਬਹੁਤ ਸਾਲ ਹੋ ਗਏ ਮੈਂ ਜਦੋਂ ਕਾਲਜ ਮੈਂ ਖੁਦ ਪੜ੍ਹਦਾ ਸੀ ਮਤਲਬ ਪਹਿਲਾਂ ਵੀ ਤੁਸੀਂ ਕਰਦੇ ਮੈਂ ਕਲਾਬਾ ਹੁਣ ਗੇੜੇ ਮਾਰਨ ਜਾਂਦਾ ਤੁਸੀਂ ਕਰਦੇ ਹੁੰਦੇ ਜੇ ਅੱਛਾ ਹੁੰਦੀ ਨਾ ਇੱਕ ਮੈਮਰੀਜ਼ ਰਿਹਰਸਲ ਕਰਦੇ ਹੁੰਦੇ ਕੋਈ ਮੈਮਰੀ ਯਾਦ ਆਵੇ ਹੁੰਦੇ ਜਾਂ ਫਿਰ ਆਪਾਂ ਸ਼ੋਅ ਤੇ ਜਾਂਦੇ ਹੁੰਦੇ ਬਹੁਤ ਸਾਰੀ ਮੈਮਰੀਆਂ ਜੁੜ ਜਾਂਦੀਆਂ ਐਦਾਂ ਦੀ ਕੋਈ ਮੈਮਰੀ ਹਾਂ ਬਹੁਤ ਸਾਰੀਆਂ ਮੈਮਰੀਜ਼ ਹੈ ਇੱਕ ਮੈਮਰੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਗਦਰੀ ਬਾਬਿਆਂ ਦੇ ਮੇਲੇ 'ਚ ਨਾਟਕ ਕਰਨ ਗਏ ਸੀ ਅੱਛਾ ਜੀ ਇੱਕ ਨਵੰਬਰ ਹਾਂ ਉੱਥੇ ਸਟੇਜ 'ਤੇ ਨਾਟਕ ਚੱਲ ਰਿਹਾ ਸੀ ਓਕੇ ਅਤੇ ਪਿੱਛੇ ਲਾਈਟਾਂ ਹੁੰਦੀਆਂ ਨਾ ਲਾਈਟਾਂ ਜਲਾ ਹੁੰਦਾ ਕੋਈ ਇੱਕ ਐਕਟਰ ਦੀ ਐਂਟਰੀ ਸੀ ਉਹ ਐਂਟਰੀ 'ਤੇ ਖੜਾ ਸੀ ਅਤੇ ਉਹਨੂੰ ਜਿਹੜਾ ਪ੍ਰਬੰਧਕ ਆ ਕਹਿੰਦਾ ਪਿਛਲੀ ਨਾ ਲਾਈਟ ਬੰਦ ਕਰਕੇ ਆ ਉਹ ਕਹਿੰਦਾ ਮੈਂ ਕਰਦਾ ਮੇਰੀ ਐਂਟਰੀ ਹੈ ਹੁਣ ਉਹਨੂੰ ਉਹ ਜਰਾ ਵੈਸੇ ਟੈਂਪਰੇਰੀ ਸੀਗਾ ਪ੍ਰਬੰਧਕ ਜਾਂ ਕੋਈ ਬੰਦਾ ਬਿਠਾਇਆ ਹੋਇਆ ਸੀਗਾ ਉਹਦਾ ਨਾ ਪਹਿਲਾਂ ਲਾਈਟ ਬੰਦ ਕਰਕੇ ਸਾਰੀ ਮੈਨੂੰ ਪਤਾ ਨਹੀਂ ਲੱਗ ਉਹ ਕਹਿੰਦਾ ਭਾਜੀ ਮੈਂ ਐਂਟਰੀ ਲੈਣਾ ਮੇਰੀ ਐਂਟਰੀ ਹੈ ਉਸ ਬੰਦੇ ਨੇ ਉਹਨੂੰ ਫੜ ਲਿਆ ਉਹਦੀ ਐਂਟਰੀ ਆ ਗਈ ਉਹਨੂੰ ਜਾਣ ਨਹੀਂ ਦਿੱਤਾ ਸਟੇਜ 'ਤੇ ਇੰਪਰੋਵਾਈਜ਼ ਹੋਈ ਜਾ ਰਿਹਾ ਅਲਟੀਮੇਟਲੀ ਉਹ ਬੰਦਾ ਪਿੱਛੇ ਜਦੋਂ ਜਦੋਂ ਕਰਦਾ ਛੱਡਦੇ ਭਰਾਵਾ ਮੇਰੀ ਐਂਟਰੀ ਹੈ ਛੱਡਦੇ ਭਰਾਵਾ ਮੇਰੇ ਡਾਇਲੋਗ ਮੁੱਕ ਗਏ ਉਹ ਇੰਪਰੋਵਾਈਜ਼ ਕਰ ਰਿਹਾ ਮੇਰੀ ਐਂਟਰੀ ਹੈ ਉਹ ਬੰਦੇ ਨੇ ਪਤਾ ਕੀ ਕੀਤਾ ਫਿਰ ਪਿੱਛੋਂ ਇੱਕ ਥਾਲੀ ਚੱਕ ਕੇ ਸਟੇਜ 'ਤੇ ਭਗਾ ਕੇ ਮਾਰੀ ਤਾਂ ਕਿ ਉਹ ਬੰਦਾ ਹੋਰ ਇੰਪਰੋਵਾਈਜ਼ ਕਰੇ ਵੀ ਬੰਦਾ ਕਿਉਂ ਨਹੀਂ ਆਇਆ ਫਾਈਨਲੀ ਉਹ ਬੰਦੇ ਦੇ ਮੁੱਕੇ ਮਾਰ ਕੇ ਉਹਨੂੰ ਸੁੱਟ ਕੇ ਗਿਆ ਅਤੇ ਉਹਨੇ ਭੱਜ ਕੇ ਜਾ ਕੇ ਐਂਟਰੀ ਲਈ ਅਤੇ ਇੰਪਰੋਵਾਈਜ਼ ਕੀਤਾ ਕਿ ਮੈਂ ਕਿਉਂ ਲੇਟ ਹੋ ਗਿਆ ਅੱਛਾ ਕਿਆ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੰਸੀਡੈਂਟ ਹੋ ਜਾਂਦੇ ਆ ਮੈਮਰੀਜ਼ ਹੁੰਦੀ ਆ ਅੱਛਾ ਉਸ ਤੋਂ ਬਾਅਦ ਜਦ ਨਾਟਕ ਖਤਮ ਹੋਇਆ ਉਸ ਤੋਂ ਬਾਅਦ ਕਿਹਾ ਨਹੀਂ ਕਿਸੇ ਨੇ ਕਿ ਉਹਨੂੰ ਜਾ ਕੇ ਉਸ ਤੋਂ ਬਾਅਦ ਨਾਟਕ 'ਚ ਖਤਮ ਹੋਣ ਤੋਂ ਬਾਅਦ ਉਸ ਬੰਦੇ ਨੂੰ ਸਮਝਾਇਆ ਗਿਆ ਕਿ ਇੱਦਾਂ ਨਹੀਂ ਕਰੀਦਾ ਲਾਈਟ ਫਿਰ ਵੀ ਬੰਦ ਹੋ ਸਕਦੀ ਹੈ ਜਿਹੜਾ ਬੰਦਾ ਬਾਹਰ ਆ ਗਿਆ ਉਹ ਤਾਂ ਬੁਝਵਾ ਲੈ ਇਹਨੂੰ ਛੱਡਣਾ ਹੈ ਕਿਉਂਕਿ ਚੱਲਦੇ ਨਾਟਕ ਵਿੱਚ ਨਾਟਕ ਰੁਕ ਜਾਂਦਾ ਮੈਮ ਇੱਕ ਇਨਸਾਨ ਦਾ ਟਾਰਗੇਟ ਹੁੰਦਾ ਨਾ ਕਿ ਮੈਂ ਇਸ ਟਾਰਗੇਟ 'ਤੇ ਜਾ ਕੇ ਅਚੀਵ ਕਰਨਾ ਇਹ ਚੀਜ਼ ਤੁਹਾਡਾ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਟਾਰਗੇਟ ਅਚੀਵ ਕਰ ਲਿਆ ਲੱਗਦਾ ਹਰਪਿੰਦਰ ਕਿ ਚਾਹੇ ਕੋਈ ਇਨਸਾਨ ਕਿੰਨੇ ਵੀ ਟਾਰਗੇਟ ਰੱਖ ਲਏ ਜਿਵੇਂ ਜਿਵੇਂ ਵਕਤ ਗੁਜ਼ਰਦਾ ਹੈ ਜਿਵੇਂ ਜਿਵੇਂ ਟਾਈਮ ਅੱਗੇ ਜਾਂਦਾ ਹੈ ਉਹਦੇ ਟਾਰਗੇਟਸ ਬਦਲਦੇ ਜਾਂਦੇ ਹੈ ਔਰ ਇਹ ਟਾਰਗੇਟ ਕਦੇ ਅਚੀਵ ਵੀ ਨਹੀਂ ਹੋਣੇ ਚਾਹੀਦੇ ਕਿਉਂਕਿ ਜਿਸ ਦਿਨ
ਪੁਰਾਣੇ ਟਾਰਗੇਟ ਅਚੀਵ ਕਰਦੇ ਜਾਓ, ਨਵੇਂ ਟਾਰਗੇਟ ਬਣਾਉਂਦੇ ਜਾਓ। ਜਦੋਂ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ ਮੈਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਤੁਹਾਡੇ ਕੋਲ। ਥੈਂਕ ਯੂ। ਤੇ ਇੱਕ ਵਧੀਆ ਗੱਲ ਆ ਤੁਹਾਡੀ। ਅੱਛਾ, ਤੁਹਾਡੇ ਐਕਟਿੰਗ ਸਕੂਲ ਦੀ ਜੇਕਰ ਅਸੀਂ ਗੱਲ ਕਰੀਏ, ਉਹ ਕਿੱਦਾਂ, ਉਹਦੀ ਸ਼ੁਰੂਆਤ ਕਿੱਦਾਂ ਹੋਈ, ਉਹਦਾ ਸਫ਼ਰ ਕਿੱਦਾਂ ਚੱਲਦਾ ਰਿਹਾ ਅੱਗੇ? ਓਕੇ, ਜਿਵੇਂ ਕਿ ਤੁਸੀਂ ਮੇਰੀ ਗੱਲਾਂ ਬਾਤਾਂ ਤੋਂ ਅੰਦਾਜ਼ਾ ਲਗਾਇਆ ਹੋਏਗਾ ਕਿ ਮੈਂ ਕਦੇ ਵੀ ਟੀਚਰ ਨਹੀਂ ਸੀ ਬਣਨਾ ਚਾਹੁੰਦੀ ਕਿਸੇ ਵੀ ਕੀਮਤ 'ਤੇ। ਮੈਨੂੰ ਐਂ ਸੀ ਕਿ ਮੇਰਾ ਸਾਰਾ ਖਾਨਦਾਨ ਟੀਚਰ ਹੈ, ਮੈਂ ਟੀਚਰ ਨਹੀਂ ਬਣਨਾ। ਮੈਂ ਐਕਟਰੈਸ ਬਣ ਗਈ, ਫਿਰ ਮੈਂ ਡਾਇਰੈਕਸ਼ਨ ਦਾ ਕੰਮ ਸਿੱਖਣ ਲਈ ਮੁੰਬਈ ਗਈ, ਉਹ ਵੀ 3-4 ਸਾਲ ਕੰਮ ਸਿੱਖਿਆ। ਫਿਰ ਜਦੋਂ ਇੱਥੇ ਆ ਕੇ ਵਾਪਸ ਆਈ ਤਾਂ ਮੈਂ ਯੂਥ ਫੈਸਟੀਵਲ ਕਰਾਇਆ, ਯੂਥ ਫੈਸਟੀਵਲ ਖਾਲਸਾ ਕਾਲਜ ਨੂੰ ਜੁਆਇਨ ਕੀਤਾ 2005 ਵਿੱਚ। ਬਹੁਤ ਵਧੀਆ ਲੱਗਿਆ, ਉਹ ਵੀ ਇੱਕ ਕਿਸਮ ਦੀ ਟੀਚਿੰਗ ਸੀਗੀ, ਬਸ ਤਰੀਕਾ ਫਰਕ ਸੀ, ਉਹ 'ਚ ਮਜ਼ਾ ਆਉਣ ਲੱਗਿਆ। ਫਿਰ ਹਰਪਿੰਦਰ, ਤੁਹਾਨੂੰ ਪਤਾ ਹੀ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਥੀਏਟਰ ਕਰਦੇ ਨੇ ਨਾ, ਉਹਨਾਂ ਨੂੰ ਇੱਕ ਸਰਟਨ, ਇੱਕ ਫਿਕਸ ਇਨਕਮ ਦੀ ਬਹੁਤ ਲੋੜ ਹੁੰਦੀ। ਮੈਨੂੰ ਡਾਕਟਰ ਆਤਮਜੀਤ ਨੇ ਸਲਾਹ ਦਿੱਤੀ ਕਿ ਤੂੰ ਚੰਗਾ ਸਿਖਾਉਣੀ ਹੈ, ਤੇਰਾ ਤਰੀਕਾ ਵੀ ਵਧੀਆ, ਤੇਰੇ ਕੋਲ ਮੈਥਡ ਵੀ ਹੈ, ਆਪਣੀ ਮੈਥਡੋਲੋਜੀ ਹੈ, ਤੇਰੇ ਨਾਟਕ ਵੀ ਵਧੀਆ ਹੁੰਦੇ ਨੇ, ਤੇ ਕਿਉਂ ਨਾ ਤੂੰ ਟ੍ਰੇਨਿੰਗ ਸ਼ੁਰੂ ਕਰੇ। ਫਿਰ ਮੇਰੇ ਦੋਸਤ ਇੱਕ ਲਵਲੀਨ, ਉਹਨੇ ਕਿਹਾ ਹਾਂ। ਫਿਰ ਕੁਛ ਇੱਕ ਸਟੂਡੈਂਟਸ ਐਸੇ ਆਏ ਜਿਨ੍ਹਾਂ ਨੂੰ ਮੈਂ ਸਾਰੰਗ ਲੋਕ ਵਿੱਚ ਇੱਕ ਪਹਿਲਾ ਬੈਚ ਬਣਾ ਕੇ ਸਿਖਾਉਣਾ ਸ਼ੁਰੂ ਕੀਤਾ। ਰਾਣਾ ਰਣਵੀਰ ਨੇ, ਬਿਨੂ ਢਿੱਲੋਂ ਨੇ ਕੁਛ ਲੋਕਾਂ ਨੂੰ ਮੇਰੇ ਕੋਲ ਭੇਜਿਆ ਸਿੱਖਣ ਵਾਸਤੇ ਕਿ ਉਹ ਸਿਖਾ ਸਕਦੀ ਹੈ ਬਹੁਤ ਵਧੀਆ, ਪਰ ਉਹ ਸਿਰਫ ਕੁੜੀਆਂ ਨੂੰ ਸਿਖਾਉਂਦੀ ਹੈ, ਕਿਉਂਕਿ ਮੈਂ ਕੁੜੀਆਂ ਦੇ ਘਰ 'ਚ ਕੰਮ ਕਰ ਰਹੀ ਸੀ, ਡੈਫੀਨੇਟਲੀ ਕੁੜੀਆਂ ਨੂੰ ਸਿਖਾਉਂਗੇ ਤਾਂ ਮੁੰਡਿਆਂ ਨੂੰ ਤਾਂ ਸਿਖਾਉਣਾ ਰਹੀ। ਉਹ ਇੱਕ ਮੁੰਡਾ ਮੇਰੇ ਕੋਲ ਆਇਆ, ਸੁਖਦੀਪ ਨਾਂ ਸੀ ਉਹਦਾ, ਰਾਜ ਕਾਕੜਾ ਜੀ ਦਾ ਰਿਸ਼ਤੇਦਾਰ ਸੀਗਾ। ਕਹਿੰਦਾ ਮੈਡਮ ਮੈਂ ਤੁਹਾਨੂੰ ਐਕਟਿੰਗ ਸਿੱਖਣੀ ਹੈ। ਮੈਂ ਬਹੁਤ ਟਾਲਿਆ ਉਹਨੂੰ, ਰਾਣਾ ਨੇ ਭੇਜਿਆ ਸੀ, ਪਰ ਉਹ ਟਲਿਆ ਨਹੀਂ। ਫਿਰ ਉਹਨੂੰ ਮੈਂ ਕਿਹਾ ਮੈਂ ਇੱਕ ਨੂੰ ਨਹੀਂ ਸਿਖਾਉਣਾ। ਉਹਦੇ ਇੱਕ ਦੋਸਤ ਆ ਗਿਆ, ਫਿਰ ਇੱਕ ਜਾਣਕਾਰ ਦਾ ਮੁੰਡਾ ਸੀਗਾ ਉਹ ਆ ਗਿਆ, ਇੱਦਾਂ ਹੀ 2-3 ਲੋਕ ਹੋਰ ਆ ਗਏ। ਮੈਂ 6 ਲੋਕਾਂ ਦਾ ਬੈਚ ਬਣਾ ਲਿਆ ਅਤੇ ਉਹਨਾਂ ਨੂੰ ਸਾਰੰਗ ਲੋਕ ਵਿੱਚ ਐਕਟਿੰਗ ਸਿਖਾਉਣੀ ਸ਼ੁਰੂ ਕਰਤੀ, ਉਹਨਾਂ ਨੂੰ ਪਲੇ ਕਰਾਇਆ, ਟੈਕਨੀਕ ਸਿਖਾਈਆਂ। ਅਤੇ ਹਰਪਿੰਦਰ, ਉਹਨਾਂ ਨੂੰ ਸਿਖਾਉਂਦੇ ਸਿਖਾਉਂਦੇ ਮੈਂ ਆਪਣੀਆਂ ਨਵੀਆਂ ਟੈਕਨੀਕਸ ਡਿਵੈਲਪ ਕੀਤੀਆਂ, ਕਿ ਹਰ ਐਕਟਰ ਦੀ ਆਪਣੀ ਇੱਕ ਜਰਨੀ ਹੁੰਦੀ ਹੈ, ਇੱਕ ਸੋਚ ਅਪਰੋਚ ਹੁੰਦੀ ਹੈ। ਇਸ ਲਈ ਹਰ ਐਕਟਰ ਨੂੰ ਸਿਖਾਉਣ ਦਾ ਫਾਰਮੂਲਾ ਵੱਖਰਾ ਹੋਣਾ ਚਾਹੀਦਾ, ਅਤੇ ਇਸ ਲਈ ਮੈਂ ਹਰ ਐਕਟਰ ਨੂੰ ਜਾਣਦੀ, ਸਮਝਦੀ, ਉਹਦੇ ਨਾਲ ਗੱਲਬਾਤ ਕਰਦੀ। ਜਿੰਨੀ ਉਹਦੀ ਸਮਝ ਹੁੰਦੀ, ਜਿੱਥੇ ਉਹ ਖੜਾ ਹੁੰਦਾ ਉੱਥੋਂ ਸਟਾਰਟ ਕਰਦੀ, ਤਾਂ ਕਿ ਉਹ ਉੱਥੇ ਤੱਕ ਪਹੁੰਚ ਸਕੇ ਜਿੱਥੇ ਜਾ ਕੇ ਉਹ ਕੈਮਰਾ ਫੇਸ ਕਰ ਸਕੇ, ਆਪਣੇ ਆਪ ਨੂੰ ਪ੍ਰੈਜੈਂਟ ਕਰ ਸਕੇ, ਉਹਦਾ ਕੌਨਫੀਡੈਂਸ ਲੈਵਲ ਬਿਲਡਅਪ ਹੋ ਸਕੇ। ਸੋ ਬਸ ਇੱਦਾਂ ਕਰਕੇ ਉਹ ਸ਼ੁਰੂ ਹੋ ਗਿਆ ਸਿਲਸਿਲਾ, ਅਤੇ ਹੁਣ 10-12 ਸਾਲ ਹੋ ਗਏ ਸਿਖਾਉਂਦੇ ਹੋਏ। ਪਹਿਲਾਂ ਮੈਂ 6 ਫੇਸ ਸਟੂਡੀਓ ਲਿਆ ਹੋਇਆ ਸੀ, ਉੱਥੇ ਸਿਖਾਇਆ 3 ਸਾਲ। ਫਿਰ ਸਾਡੇ ਫੀਲਡ 'ਚ ਲੋਕ ਕਈ ਵਾਰ ਸੀਰੀਅਸ ਨਹੀਂ ਹੁੰਦੇ, ਕਿਸੇ ਮਹੀਨੇ ਜੇ ਕੋਈ ਵੀ ਨਾ ਆਇਆ ਸਟੂਡੈਂਟ, ਤਾਂ ਯੂ ਹੈਵ ਟੂ ਪੇ 15-20,000 ਜਿਹੜੇ ਹੈਗੇ ਨੇ, ਹਾਂ, ਉਹ ਰੈਂਟ ਐਂਡ ਆਲ, ਇਲੈਕਟ੍ਰੀਸਿਟੀ ਦਾ ਬਿੱਲ। ਸੋ ਮੈਨੂੰ ਲੱਗਿਆ ਕਿ ਐਸੀ ਇੱਕ ਪਰਮਾਨੈਂਟ ਜਗ੍ਹਾ ਹੋਣੀ ਚਾਹੀਦੀ ਜਿਹਦਾ ਕਿਰਾਇਆ ਨਾ ਹੋਵੇ, ਜਦੋਂ ਬੱਚੇ ਆਉਣ ਅਤੇ ਮੈਂ ਉਹਨਾਂ ਨੂੰ ਸਿਖਾਵਾਂ। ਫਿਰ ਮੈਂ ਜਦੋਂ ਰੋਇਲ ਅਪਾਰਟਮੈਂਟ 'ਚ ਆਪਣਾ ਘਰ ਲਿਆ, ਤਾਂ ਮੈਂ 3rd ਬੈਡਰੂਮ 'ਚ ਡਰਾਇੰਗ ਰੂਮ ਦੀ ਦੀਵਾਰ ਕੱਢ ਕੇ ਇੱਕ ਵੱਡਾ ਹਾਲ ਕਮਰਾ ਬਣਾ ਲਿਆ, ਉਸਨੂੰ ਆਪਣਾ ਐਕਟਿੰਗ ਸਟੂਡੀਓ 'ਚ ਕਨਵਰਟ ਕਰ ਲਿਆ। 2 ਬੈਡਰੂਮ ਹਾਲ ਘਰ 'ਚ ਮੈਂ ਰਹਿੰਦੀ ਹਾਂ, ਅਤੇ ਬਾਕੀ ਘਰ ਨੂੰ ਮੈਂ ਸਾਰੇ ਨੂੰ ਮੇਰੇ ਖਿਆਲ 60x20 ਦਾ ਇੱਕ ਹਾਲ ਬਣਾ ਲਿਆ ਮੈਂ। ਉਸ ਹਾਲ 'ਚ ਹੁਣ ਮੈਂ ਬੱਚਿਆਂ ਨੂੰ ਟ੍ਰੇਨ ਕਰਦੀ, ਕਿਉਂਕਿ ਤੁਹਾਡਾ ਐਕਟਿੰਗ ਸਕੂਲ ਹੈ ਉੱਥੇ, ਤੁਹਾਡਾ ਘਰ ਮੇਰੇ ਘਰ ਦੇ ਅੰਦਰ ਹੀ ਹੈ। ਹੁਣ ਮੇਰੇ 'ਤੇ ਕੋਈ ਬਰਡਨ ਨਹੀਂ ਹੈ ਹਰਪਿੰਦਰ, ਕਿ ਮੈਂ ਕਿਸੇ ਦਾ ਕਿਰਾਇਆ ਦੇਣਾ ਹੈ, ਬਿਲਕੁਲ ਬਿਲਕੁਲ, ਹੈ ਨਾ। ਬੱਚਾ ਕੋਈ ਨਹੀਂ ਆਏਗਾ ਤਾਂ ਮੈਂ ਕੀ ਕਰੂੰਗੀ, ਮਤਲਬ ਰੱਬ ਦੀ ਦਇਆ ਨਾਲ ਹੁਣ ਇਸ ਟਾਈਮ ਮੇਰੇ ਕੋਲ 20 ਤੋਂ ਲੈ ਕੇ 22 ਬੱਚੇ ਹੈਗੇ ਹੈ, 23 ਮੈਂ ਤਿਆਰ ਖੜਾ ਹੈ ਮੇਰੇ ਸਕੂਲ 'ਚ ਆਉਣ ਵਾਸਤੇ। ਅੱਛਾ ਜੀ। ਅਤੇ ਮੇਰੇ ਮਤਲਬ 6-8 ਮਹੀਨਿਆਂ ਵਿੱਚ ਘੱਟੋ ਘੱਟ ਮੇਰੇ 10 ਬੱਚੇ ਸਾਡੇ ਸੀਰੀਅਲਸ 'ਚ, ਜ਼ੀ ਟੀਵੀ ਦੇ ਔਰ ਇੱਧਰ ਉੱਧਰ। ਅੱਛਾ, ਉਹ ਤੁਹਾਡੇ ਸਟੂਡੈਂਟ ਚਲੇ ਜਾਂਦੇ? ਹਾਂ, ਕੰਮ ਕਰਦੇ, ਕਿਉਂਕਿ ਕੰਮ ਵੀ ਦਵਾਉਂਦੇ ਨੇ, ਰਿਕੁਆਇਰਮੈਂਟ ਆਉਂਦੀ ਹੈ। ਬਿਲਕੁਲ ਬਿਲਕੁਲ, ਸ਼ਹਿਰ 'ਚ ਜਦੋਂ ਵੀ ਕਿਸੇ ਨੇ ਆਡੀਸ਼ਨ ਕਰਨਾ ਹੁੰਦਾ, ਮੈਨੂੰ ਜ਼ਰੂਰ ਰਿਕੁਆਇਰਮੈਂਟ ਆਉਂਦੀ ਹੈ, ਕਿਉਂਕਿ ਉਹਨੂੰ ਪਤਾ ਕਿ ਮੇਰੇ ਕੋਲ ਯੰਗਸਟਰਸ ਹੈਗੇ ਨੇ। ਬਿਲਕੁਲ ਬਿਲਕੁਲ, ਅਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦੀ ਕਿ ਉਹ ਚੰਗਾ ਆਡੀਸ਼ਨ ਦੇਣ ਅਤੇ ਅੱਗੇ ਵਧਣ। ਅੱਜ ਛੋਟੇ ਰੋਲ ਕਰਨਗੇ, ਕੱਲ੍ਹ ਨੂੰ ਵੱਡੇ ਕਰਨਗੇ। ਬਿਲਕੁਲ ਬਿਲਕੁਲ, ਛੋਟੇ ਤੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਹੈ। ਹਾਂ। ਅੱਛਾ ਮੈਮ, ਜਿਹੜਾ ਮਤਲਬ ਤੁਹਾਡਾ ਐਕਟਿੰਗ ਸਕੂਲ ਹੈਗਾ, ਉੱਥੇ ਜੇਕਰ ਕਿਸੇ ਬੱਚੇ ਨੇ, ਫਰੈਸ਼ਰ ਨੇ ਐਡਮਿਸ਼ਨ ਲੈਣੀ ਹੋਵੇ, ਤਾਂ ਉਹ ਕਿੱਦਾਂ ਤੁਹਾਡੇ ਤੱਕ ਕੰਟੈਕਟ ਕਰ ਸਕਦਾ? ਵੈਸੇ ਤਾਂ ਮੈਂ ਇੰਟਰਨੈਟ 'ਤੇ ਹਾਂ, ਤੁਸੀਂ ਇੰਟਰਨੈਟ 'ਤੇ ਮੈਨੂੰ ਲੱਭ ਸਕਦੇ ਹੋ। ਜਸਟ ਡਾਇਲ, ਮੈਂ ਰਜਿਸਟਰਡ ਹਾਂ ਉਹਨਾਂ ਦੇ ਨਾਲ, ਮੈਂ ਹਰ ਸਾਲ ਉਹਨਾਂ ਦਾ ਇੱਕ ਪੈਕੇਜ ਲਿਆ ਉਹਨਾਂ ਨੂੰ ਪੇ ਕਰਦੀ ਹਾਂ। ਮੈਂ ਲੱਗਿਆ ਕਿਰਾਇਆ ਪੇ ਕਰਨ ਨਾਲੋਂ ਇੰਟਰਨੈਟ 'ਤੇ ਆਪਣੇ, ਕਿਉਂਕਿ ਇੰਟਰਨੈਟ ਦਾ ਜ਼ਮਾਨਾ, ਉੱਥੇ ਪੇ ਕਰਦੀ ਹਾਂ। ਮੇਰਾ ਸਕੂਲ ਦੀ ਰੇਟਿੰਗ ਚੰਗੀ ਹੈ ਉੱਥੇ, ਅਤੇ ਕੁਛ ਬੱਚਿਆਂ ਨੇ ਆਪਣੇ ਐਕਸਪੀਰੀਅੰਸ ਵੀ ਪਾਏ ਹੋਏ ਹੈ, ਅਤੇ ਮੈਂ ਪਹਿਲਾਂ ਬੱਚੇ ਨਾਲ ਗੱਲ ਕਰਦੀ ਹਾਂ, ਉਹਦੇ ਬਾਰੇ ਜਾਣਦੀ ਹਾਂ, ਉਹਦੀ ਉਹਦਾ ਜਨੂੰਨ, ਉਹਦੀ ਇੰਟੈਂਸਿਟੀ, ਔਰ ਮੇਰੇ ਸਵਾਲਾਂ ਦੇ ਜਵਾਬ ਇਹ ਤੈਅ ਕਰਦੇ ਨੇ ਕਿ ਮੈਂ ਉਹਨੂੰ ਐਡਮਿਸ਼ਨ ਦਾਂਗੀ, ਮੈਂ ਉਹਨੂੰ ਸਿਖਾਵਾਂਗੀ ਜਾਂ ਨਾ। ਇਹ ਕਨਵਰਸੇਸ਼ਨ ਸਾਰੀ ਫੋਨ ਤੇ ਹੁੰਦੀ ਜਾਂ ਮਿਲ ਕੇ? ਨਾ ਨਾ ਨਾ, ਫੋਨ ਤੇ ਸਿਰਫ ਮੈਂ ਉਹਦੀ ਸਾਊਂਡ ਸੁਣਦੀ ਹਾਂ ਕਿ ਮੈਨੂੰ ਕੀ ਸਾਊਂਡ ਕਰ ਰਿਹਾ ਬੱਚਾ। ਅੱਛਾ, ਓਕੇ। ਫਿਰ ਮੈਨੂੰ ਜੇ ਪੋਜ਼ਿਟਿਵ ਕਲਿੱਕ ਕਰਦਾ ਮਾਈਂਡ 'ਚ ਕਿ ਨਹੀਂ, ਕਈਆਂ ਨੂੰ ਤਾਂ ਮੈਂ ਫੋਨ ਤੇ ਟਰਕਾ ਦਿੰਦੀ ਕਿ ਨਹੀਂ ਨਹੀਂ ਬੇਟਾ, ਇਹ ਤਾਂ ਬਹੁਤ ਮੁਸ਼ਕਿਲ ਲਾਈਨ ਹੈ, ਤੁਸੀਂ ਕੁਝ ਹੋਰ ਕਰ ਲਓ, ਬਾਅਦ 'ਚੋਂ ਘਰ ਦੇ ਹਟਾ ਲੈਣਗੇ। ਜਿਹੜਾ ਪਿੱਛੇ ਹੀ ਪੈ ਜਾਂਦਾ ਕਿ ਨਹੀਂ ਮੈਮ ਮੈਂ ਕੁਛ ਨਹੀਂ ਕਰਨਾ, ਇਹ ਤਾਂ ਮੇਰਾ
ਦੇਖਦੀ ਹਾਂ, ਫਿਰ ਮੈਂ ਉਹਨੂੰ ਦੇਖਦੀ ਹਾਂ, ਫਿਰ ਮੈਂ ਉਹਨੂੰ ਕਹਿੰਦੀ ਹਾਂ, ਉਹ ਕਹਿੰਦਾ ਕਿ ਮੈਨੂੰ ਤਾਂ ਸਭ ਕੁਛ ਆਉਂਦਾ ਜਿਵੇਂ ਅੱਜ ਕੱਲ੍ਹ ਦੇ ਬੱਚੇ ਆ, ਮੈਨੂੰ ਤਾਂ ਕਹਿੰਦਾ ਸਭ ਕੁਛ ਆਉਂਦਾ, ਮੈਂ ਆਹ ਫਿਲਮ ਦਾ ਡਾਇਲੋਗ ਬੋਲ ਦੂੰਗਾ, ਉਹ ਫਿਲਮ ਦਾ, ਮੈਂ ਕਹਿੰਦਾ ਨਾ, ਤੈਨੂੰ ਮੈਂ ਡਾਇਲੋਗ ਦਊਂਗੀ, ਤੂੰ ਉਹ ਬੋਲ ਦੇਣਾ, ਐਜ਼ ਇਟ ਇਜ਼ ਬੋਲਣਾ, ਐਡ ਔਨ ਨਹੀਂ ਕਰਨਾ. ਦੇਖੋ ਐਜ਼ ਇਟ ਇਜ਼ ਬੋਲਣਾ ਔਰ ਯਾਦ ਕਰਨ ਵਾਸਤੇ ਰਿਆਜ਼ ਚਾਹੀਦਾ ਜਾਂ ਸਮਝ ਚਾਹੀਦੀ ਹੈ. ਉਹ ਨਾ ਤਾਂ ਸਮਝ ਹੁੰਦੀ ਹੈ ਨਾ ਰਿਆਜ਼ ਹੁੰਦਾ, ਉਦੋਂ ਹੀ ਲੱਗਦਾ 10 ਲਾਈਨਾਂ ਯਾਦ ਕਰਕੇ ਮੈਡਮ ਇਹ ਤਾਂ ਕੱਲ੍ਹ ਹੋਣਗੀ. ਮੈਂ ਕਹਿੰਦੀ ਕੋਈ ਨਾ ਹਫ਼ਤਾ ਲੈ ਲੈ, ਮੈਂ ਹਫ਼ਤੇ ਬਾਅਦ ਤੈਨੂੰ ਦੱਸ ਸਕੂੰਗੀ ਕਿ ਤੂੰ ਐਕਟਰ ਬਣ ਸਕਦਾ ਕਿ ਨਹੀਂ. ਮੈਨੂੰ ਕਿਹਾ ਕਿ ਤੈਨੂੰ ਜੇ ਕੁਛ ਵੀ ਨਹੀਂ ਨਾ ਆਉਂਦਾ ਹੋਊਗਾ, ਸਿਰਫ ਤੇਰੇ ਅੰਦਰ ਜਜ਼ਬਾ ਹੋਏਗਾ ਐਕਟਰ ਬਣਨ ਦਾ, ਤੂੰ ਤਾਂ ਵੀ ਐਕਟਰ ਬਣ ਸਕਦਾ. ਕਿਉਂਕਿ ਅਸੀਂ ਸਾਰੇ ਬਿਲਕੁਲ ਇੱਦਾਂ ਆਮ ਇਨਸਾਨ ਦੀ ਤਰ੍ਹਾਂ ਪੈਦਾ ਹੁੰਦੇ ਹਾਂ, ਅਤੇ ਫਿਰ ਅਸੀਂ ਤੁਰਨ ਦੀ, ਬੋਲਣ ਦੀ, ਮੰਮੀ ਪਾਪਾ ਕਹਿਣ ਦੀ ਸਾਰੀ ਐਕਟਿੰਗ ਕਰਦੇ ਹਾਂ, ਫਿਰ ਡਾਇਲੋਗ ਆਉਂਦਾ, ਬਾਡੀ ਲੈਂਗੁਏਜ ਆਉਂਦੀ ਹੈ, ਇਹ ਨਾਲ ਹੀ ਚੱਲਦਾ. ਬਸ ਯਕੀਨ ਦਿਲਾਉਣਾ ਆਪਣੇ ਆਪ ਨੂੰ ਕਿ ਜੋ ਮੈਂ ਕਰ ਰਿਹਾ ਇਹ ਰਿਕਾਰਡ ਹੋ ਰਿਹਾ. ਬਿਲਕੁਲ, ਬਸ ਉਹੀ ਐਕਟਰ ਹੈ. ਨਾਲੇ ਹਰਪਿੰਦਰ ਮੇਰੇ ਹਿਸਾਬ ਨਾਲ ਇਸ ਟਾਈਮ ਜ਼ੀਰੋ ਐਕਟਿੰਗ ਦਾ ਜ਼ਮਾਨਾ ਹੈ. ਜਿਹੜਾ ਬੰਦਾ ਐਕਟਿੰਗ ਕਰਦਾ ਉਹਨੂੰ ਕਹਿੰਦੇ ਆ ਤੂੰ ਥੀਏਟਰ ਕਰ ਰਿਹਾ, ਗੈਟ ਆਊਟ. ਜਿਹੜਾ ਬੰਦਾ ਗੱਲਬਾਤ ਕਰਦਾ ਉਹਨੂੰ ਕਹਿੰਦਾ ਯੈਸ ਯੂ ਆਰ ਐਕਟਿੰਗ. ਇਹ ਨੈਚੁਰਲ ਐਕਟਿੰਗ ਦਾ ਜ਼ਮਾਨਾ, ਜਿਸ 'ਚ ਐਕਟਿੰਗ ਨਾ ਲੱਗੇ, ਤੁਸੀਂ ਇੱਕ ਵਾਰ ਕਿਰਦਾਰ ਨੂੰ ਸਮਝ ਲਓ, ਉਹਦੀ ਦਿੱਖ ਬਣਾ ਲਓ, ਉਹਨੂੰ ਇੰਟਰਨਲਾਈਜ਼ ਕਰ ਲਓ, ਦੈਨ ਸਪੀਕ. ਐਕਟਿੰਗ ਨਾ ਕਰੋ ਯਾਰ, ਜਿੱਥੇ ਤੁਸੀਂ ਲੱਗਿਆ ਵੀ ਹਮ ਐਕਟਿੰਗ ਕਰਨੇ ਲੱਗੇ, ਉੱਥੇ ਫੇਲ, ਉੱਥੇ ਫੇਲ. ਬਸ ਇਹੀ ਸਿਖਾ ਰਹੀ ਹਾਂ. ਕੀ ਬਾਤ ਹੈ, ਹੋਰ ਤਾਂ ਅੱਛੀ ਗੱਲ ਆ. ਅੱਛਾ ਮੈਮ, ਆਪਾਂ ਥੋੜੇ ਹਟ ਕੇ ਗੱਲ ਕਰਦੇ ਹਾਂ. ਜੇਕਰ ਨਾ ਇੱਕ ਮੈਮੋਰੇਬਲ ਟੈਲੀਫੋਨ ਕਾਲ ਕੋਈ ਤੁਹਾਡੀ ਜ਼ਿੰਦਗੀ ਦੀ ਕਿਹੜੀ ਹੋਊਗੀ, ਜਿੱਦਾਂ ਤੁਹਾਨੂੰ ਲੱਗਦਾ ਕਿ ਮੇਰੇ ਲਾਈਫ ਦਾ ਟਰਨਿੰਗ ਪੁਆਇੰਟ ਆ ਗਿਆ? ਵੈਸੇ ਤਾਂ ਬਹੁਤ ਸਾਰੀਆਂ, ਪਰ ਇੱਕ ਛੋਟੀ ਜੀ ਹੈਗੀ ਹੈ ਜਿਹੜੀ ਮੈਂ ਸ਼ੇਅਰ ਕਰਾਂਗੇ ਸਾਨੂੰ ਕਿਸਾ. ਹਾਂ, ਮੈਂ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮਨ ਦੀਆਂ ਕੁੜੀਆਂ ਨੂੰ ਲੈ ਕੇ ਪਟਨਾ ਗਈ ਹੋਈ ਸੀ. ਓਕੇ. ਪਟਨਾ ਨੈਸ਼ਨਲ ਥੀਏਟਰ ਫੈਸਟੀਵਲ ਹੁੰਦਾ ਹੈ, ਉੱਥੇ 37 ਸਾਲ ਤੋਂ ਜਿਹੜੇ ਐਕਟਰ ਪਰਫੋਰਮ ਕਰ ਸਕਦੇ ਹੋ, ਤਾਂ ਤੁਸੀਂ ਆਪਣੇ ਸਟੇਟ ਵਿੱਚੋਂ ਪ੍ਰੋਫੈਸ਼ਨਲ ਟੀਮ ਵੀ ਲੈ ਸਕਦੇ ਹੋ. ਓਕੇ. ਪਰ ਕਿਉਂਕਿ ਪ੍ਰੋਫੈਸ਼ਨਲ ਟੀਮ ਨੇ ਮੇਰੇ ਨਾਲ ਕਿੱਥੇ ਜਾਣਾ ਸੀ, ਕਾਲਜ ਨੇ ਕਿਹਾ 30,000 ਰੁਪਏ ਦਿੰਦੇ ਆ, ਬਸ ਇੰਨੇ ਹੀ ਪੈਸੇ ਆ, ਗਰੀਬ ਘਰ ਦੀਆਂ ਕੁੜੀਆਂ, ਤੂੰ ਲੈ ਜਾ. ਮੈਂ ਨਾ ਕੁੜੀਆਂ ਨੂੰ ਤਿਆਰ ਕੀਤਾ, ਉਹਨੂੰ ਪਲੇ ਤਿਆਰ ਕਰਵਾਇਆ, ਜ਼ਿੰਦਗੀ ਉਹਨਾਂ ਨੂੰ ਮੈਂ ਨੈਸ਼ਨਲ ਲੈਵਲ 'ਤੇ ਲੈ ਗਈ. ਪਰ ਕਿਉਂਕਿ ਉਹਨਾਂ ਦਾ ਮੇਰੇ 'ਚ ਵਿਸ਼ਵਾਸ ਇੰਨਾ ਸੀ, ਮੇਰੇ ਵਿੱਚ ਉਹਨਾਂ ਦਾ ਵਿਸ਼ਵਾਸ ਇੰਨਾ ਸੀ ਕਿ ਮੈਂ ਜੋ ਕਹਿੰਦੀ ਹਾਂ ਜੋ ਕਰ ਦੇਣਗੀਆਂ, ਤਾਂ ਪਤਾ ਨਹੀਂ ਚੰਦ ਤਾਂ ਧਰਤੀ 'ਤੇ ਲੈ ਆਉਣਗੀਆਂ. ਇਸ ਤਿਆਰੀ ਨਾਲ ਉਹਨੂੰ ਇੱਥੇ ਪਰਫੋਰਮ ਕੀਤਾ. NSD ਤੋਂ ਜੱਜਿਸ ਆਏ ਹੋਏ ਸੀਗੇ, ਜਦੋਂ ਪਲੇ ਹੋ ਗਿਆ ਉਦੋਂ ਰੋਕਿਆ ਗਿਆ, ਸਾਨੂੰ ਪਿੱਛੇ ਆ ਕੇ ਜੱਜਿਸ ਮਿਲੇ ਔਰ ਮੈਨੂੰ ਪੁੱਛਿਆ ਵੀ ਇਹ ਤੂੰ ਤਿਆਰ ਕੀਤੇ ਆ ਕੁੜੀਆਂ? ਇਹ ਪਤਾ ਨਹੀਂ ਲੱਗ ਰਿਹਾ ਜਿਹੜਾ ਮੁੰਡੇ ਰੋਲ ਕਰਦਾ ਉਹ ਕੁੜੀ ਹੈ ਕਿ ਮੁੰਡਾ, ਜਿਹੜਾ ਬੱਚੇ ਦਾ ਰੋਲ ਕਰ ਰਿਹਾ ਤਾਂ ਲੱਗਦਾ ਤੁਸੀਂ ਸਕੂਲੋਂ ਪੜ੍ਹ ਕੇ ਲਿਆਈਆਂ. ਵੀ ਕਿੰਨਾ ਟਾਈਮ ਲੱਗਿਆ? ਮੈਂ ਕਿਹਾ ਕੁਛ ਨਹੀਂ ਜੀ, 2 ਤੋਂ 2.5 ਮਹੀਨੇ, ਬਸ ਕਨਵਿਕਸ਼ਨ ਹੈ ਇਹਨਾਂ ਦੀ. ਅਤੇ ਉਸ ਤੋਂ ਬਾਅਦ ਹਰਪਿੰਦਰ ਅਸੀਂ ਜਾ ਕੇ ਸੌਂਗੇ, ਉਹ ਜਦੋਂ ਅਗਲੇ ਦਿਨ ਅਵਾਰਡ ਹੋਣੇ ਹੁੰਦੇ ਆ ਤਾਂ ਅਵਾਰਡ ਚੀਫ ਮਿਨਿਸਟਰ ਦਿੰਦਾ ਅਤੇ ਇੱਕ ਫਿਲਮ ਪਰਸਨੈਲਿਟੀ ਆਉਂਦੀ ਹੈ. ਅੱਛਾ. ਅਗਲੇ ਦਿਨ ਸਵੇਰੇ 9 ਵਜੇ ਜਿਹੜਾ ਮੈਨੂੰ ਫੋਨ ਆਇਆ ਨਾ ਕਿ ਸੰਗੀਤਾ ਜੀ ਆਪਕੋ ਆਪਣੀ ਟੀਮ ਕੇ ਸਾਥ ਪਹਿਲੀ ਲਾਈਨ ਮੇਂ ਬੈਠਣਾ ਹੈ. ਅੱਛਾ. ਪਹਿਲੀ ਲਾਈਨ ਕਾ ਮਤਲਬ ਹੋਤਾ ਗੋਲਡ ਮੈਡਲ. ਕੀ ਬਾਤ ਹੈ, ਕੀ ਬਾਤ ਹੈ. ਉਸ ਟਾਈਮ ਅੰਦਰੋਂ ਲੱਗਿਆ ਕਿ ਮੈਂ ਆਪਣੇ ਆਪ ਅੰਦਰ ਚੋਣ? ਨਹੀਂ, ਉਦੋਂ ਵੀ ਨਹੀਂ ਲੱਗਿਆ. ਅੱਛਾ. ਵੀ ਇਹ ਸੱਚ ਹੈ? ਅੱਛਾ. ਮੈਂ ਕਿਹਾ ਯਾਰ ਇਹ 16 18 ਸਾਲ ਦੀਆਂ ਕੁੜੀਆਂ ਇਹ ਥੋੜੀ ਫਾਸਟ ਆ ਸਕਦੀਆਂ, ਵੈਸੇ ਹੀ ਕਹਿਤਾ ਹੁਣ. ਅੱਛਾ. ਅਸੀਂ ਆਪਣੇ ਸਟੇਟ ਦੀ ਡਰੈਸ ਪਾ ਕੇ ਭੰਗੜਾ ਆਪਣੀ ਓਪਨਿੰਗ ਕਲੋਜ਼ਿੰਗ ਸੈਰਾਮਨੀ ਕੀਤੀ, ਉਸ ਤੋਂ ਬਾਅਦ ਪਹਿਲੀ ਲਾਈਨ 'ਚ ਬੈਠ ਗਏ. ਕੀ ਬਾਤ ਹੈ. ਜਦੋਂ ਸਟੇਜ 'ਤੇ ਦੇਖਿਆ ਪ੍ਰਕਾਸ਼ ਛਾਂ ਆਏ ਨੇ, ਓਹੋ ਅੱਛਾ, ਅਤੇ ਨਿਤੀਸ਼ ਕੁਮਾਰ ਚੀਫ ਮਿਨਿਸਟਰ ਬੈਠੇ ਨੇ, ਉੱਥੇ ਉਹਨਾਂ ਨੇ ਅਨਾਊਂਸ ਕੀਤਾ ਸਟੇਜ 'ਤੇ, ਉਸ ਫੋਨ ਕਾਲ 'ਤੇ ਸਾਨੂੰ ਇਨਫੋਰਮ ਕੀਤਾ ਸੀ ਉਹਨਾਂ ਨੇ. ਉਹ ਫੋਨ ਕਾਲ ਮੈਨੂੰ ਦੀ ਆਵਾਜ਼ ਮੈਨੂੰ ਕਦੇ ਨਹੀਂ ਭੁੱਲਦੀ ਕਿ ਚੰਡੀਗੜ੍ਹ ਦੀ ਟੀਮ ਫਸਟ ਆਈ ਹੈ, ਗੋਲਡ ਮੈਡਲ ਦਿੱਤਾ ਜਾਂਦਾ ਉਹਨਾਂ ਨੂੰ. ਮਤਲਬ ਪਹਿਲਾਂ ਤਾਂ ਅਸੀਂ ਉੱਪਰ ਹੀ ਨਹੀਂ ਚੜ੍ਹੇ, ਉੱਥੇ ਹੀ ਭੰਗੜੇ ਮਾਰ ਪਾਗਲ ਹੋ ਗਏ. ਅਸੀਂ ਇੱਕ ਡਰੈਸ ਕੋਡ ਰੱਖਿਆ ਸੀ, ਵਾਈਟ ਅਪਰ ਅਤੇ ਲੋਅਰ ਜੀਨ, ਅਸੀਂ ਭੰਗੜੇ ਦੇ ਨਿੱਚੋਂ ਪਾਏ ਹੋਏ ਸੀ, ਭੰਗੜੇ ਦੀਆਂ ਡਰੈਸਾਂ ਉਤਾਰ ਕੇ ਉੱਥੇ ਹੀ ਰੱਖੀਆਂ ਆਪਣੇ, ਉਸ ਚੜ੍ਹ ਗਏ ਸਟੇਜ 'ਤੇ ਅਵਾਰਡ ਲਿਆ. ਅਤੇ ਉਸ ਅਵਾਰਡ ਨੂੰ ਅਤੇ ਗੋਲਡ ਮੈਡਲ ਨੂੰ ਲੈਣ ਤੋਂ ਬਾਅਦ ਮੈਂ ਉਹ 5,000 ਮੀਟਰ ਦੇ ਸਟੇਡੀਅਮ ਦਾ ਚੱਕਰ ਲਗਾਇਆ ਜਿਹੜਾ ਸਾਰਾ ਭਰਿਆ ਹੋਇਆ ਸੀ. ਉਸ ਸਟੇਡੀਅਮ 'ਚ 37 ਸਟੇਟਸ ਦੇ ਬੱਚਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ, ਅਤੇ ਉਸ ਟਰੋਫੀ ਨੂੰ ਲੈ ਕੇ ਅਤੇ ਗੋਲਡ ਮੈਡਲ ਨੂੰ ਲੈ ਕੇ ਅਸੀਂ ਭੱਜੇ, ਅਤੇ ਅਲਟੀਮੇਟਲੀ ਮੈਂ ਜਾ ਕੇ ਜ਼ਮੀਨ 'ਤੇ ਲੇਟ ਗਈ ਅਤੇ ਸਾਰੀਆਂ ਕੁੜੀਆਂ ਮੇਰੇ ਉੱਪਰ ਢੇਰ ਲੱਗ ਗਿਆ. ਉਹ ਸਾਰਾ ਕੈਪਚਰ ਕੀਤਾ ਉੱਥੋਂ ਦੇ TV ਨੇ, ਟੈਲੀਵਿਜ਼ਨ ਨੇ. ਬਸ ਉਹ ਮੇਰੀ ਜ਼ਿੰਦਗੀ ਦੀ ਕਮਾਲ ਦੀ ਯਾਦ ਸੀ. ਅਤੇ ਮੇਰਾ ਇਹ ਯਕੀਨ ਹੋਰ ਵੀ ਪੁਖਤਾ ਹੋ ਗਿਆ ਹਰਪਿੰਦਰ ਕਿ ਚਾਹੇ ਐਕਟਰ ਜਾਂ ਕੋਈ ਬੱਚਾ ਬਿਲਕੁਲ ਕੋਰਾ ਹੋਵੇ, ਇੱਕ ਟੀਚਰ ਦੇ ਹੱਥ ਵਿੱਚ ਹੁੰਦਾ ਕਿ ਉਸ ਵਰਕੇ ਅਤੇ ਉਸ ਬੱਚੇ ਦੇ ਦਿਲੋ ਦਿਮਾਗ 'ਚ ਕੀ ਲਿਖ ਸਕਦਾ ਅਤੇ ਉਹ ਬੱਚਾ ਕਮਾਲ ਕਰ ਸਕਦਾ. ਅੱਛਾ ਮੈਮ, ਇਹ ਤਾਂ ਬੜੀ ਇੰਟਰਸਟਿੰਗ ਤੁਸੀਂ ਕਿੱਸਾ ਸੁਣਾਇਆ ਸਾਨੂੰ. ਇਸ ਤੋਂ ਇਲਾਵਾ ਮੈਮ, ਤੁਸੀਂ ਬੁੱਕਸ ਪੜ੍ਹਦੇ ਹੋ, ਰੀਡ ਕਰਦੇ ਹੋ? ਹਾਂ.
ਕਿਹੜੀ ਤੁਹਾਡੀ ਫੇਵਰਟ ਬੁੱਕ ਕਿਹੜੀ ਹੈ? ਵੈਸੇ ਤਾਂ ਬਹੁਤ ਸਾਰੀਆਂ ਕਿਤਾਬਾਂ ਹੈ। ਲੇਟੈਸਟ ਦਾ ਲੋਕਡਾਊਨ ਦਾ ਪੀਰੀਅਡ ਦੇ ਵਿੱਚ ਤੁਸੀਂ ਕਿਹੜੀ ਬੁੱਕਸ ਮੈਂ ਨਹੀਂ ਜਿਹੜੀਆਂ ਮੈਂ ਲੇਟੈਸਟ ਪੜ੍ਹ ਰਹੀ ਹਾਂ ਉਹ ਜੰਗ ਬਹਾਦਰ ਗੋਇਲ ਜੀ ਨੇ ਨਾ ਵਰਲਡ ਕਲਾਸਿਕ ਨੋਵਲ ਦੀਆਂ ਸਮਰੀਜ਼ ਦੇ 4 ਭਾਗ ਕੱਢੇ ਨੇ। ਅੱਛਾ। ਉਹਨਾਂ ਚੋਂ ਮੈਂ 3-3.5 ਭਾਗ ਮਤਲਬ 38 ਨਾਵਲ ਉਹਨਾਂ ਦੀ ਸਮਰੀਜ਼ ਮੈਂ ਪੜ੍ਹ ਚੁੱਕੀ ਹਾਂ ਉਹਨਾਂ ਦੇ ਰਾਈਟਰ ਦੇ ਜੀਵਨ ਬਾਰੇ। ਪਰ ਮੇਰੀ ਫੇਵਰੇਟ ਕਿਤਾਬ ਹੈ ਰਸ਼ੀਅਨ ਬੁੱਕ ਹੈ ਚੰਗੇਜ਼ ਆਇਤਮਾਤੋਵ ਦੀ, ਜਿਸ ਤੇ ਮੈਂ ਪਿਛਲੇ ਸਾਲ ਖਾਲਸਾ ਕਾਲਜ ਦਾ ਪਲੇ ਵੀ ਕੀਤਾ ਹੈ। ਅੱਛਾ। ਉਹ ਹੈ ਪਹਿਲਾ ਅਧਿਆਪਕ। ਕਿਆ ਬਾਤ। ਤੇ ਮੈਂ ਉਹਨੂੰ ਰਾਜਸਥਾਨੀ ਗਰਾਊਂਡ ਰੱਖ ਕੇ ਉਸ ਤੇ ਨਾਟਕ ਤਿਆਰ ਕੀਤਾ, ਮੁਝੇ ਪੰਖ ਦੇ ਦਿਓ। ਤੇ ਉਹ ਮੇਰੀ ਫੇਵਰੇਟ ਕਿਤਾਬ ਹੈ। ਮੈਂ ਉਸ ਕਿਤਾਬ ਨੂੰ ਹਜ਼ਾਰਾਂ ਵਾਰ ਪੜ੍ਹ ਚੁੱਕੀ ਹਾਂ ਤੇ ਹਜ਼ਾਰਾਂ ਵਾਰ ਪਲੇ ਹੋ ਚੁੱਕਿਆ ਹੁਣ ਉਹ ਪਲੇ ਹੋ ਚੁੱਕੀ ਚੰਡੀਗੜ੍ਹ ਵੀ ਹੋਇਆ ਚੰਡੀਗੜ੍ਹ ਵੀ ਹੋਇਆ। ਹਾਂ ਅੱਛਾ, ਕਲਾਭਵਨ ਵੀ ਹੋਇਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ, ਟੈਗੋਰ ਚ ਵੀ ਕਰਾਇਆ। ਕਿਆ ਬਾਤ ਹੈ। ਹਾਂ ਜੇ ਹੁਣ ਹੋਇਆ ਸਾਨੂੰ ਸਾਡੇ ਚੈਨਲ ਨੂੰ ਜ਼ਰੂਰ ਦੋ, ਸਾਡੇ ਜਿੰਨੇ ਆਡੀਅੰਸ ਆ ਉਹ ਪਲੇ ਦੇਖਣ ਜ਼ਰੂਰ ਪਹੁੰਚੂਗੇ। ਹਾਂ ਜ਼ਰੂਰ, ਜੇ ਹੁਣ ਹੋਇਆ ਤਾਂ ਡੈਫੀਨਿਟਲੀ ਮੈਂ ਚਾਹਾਂਗੀ ਕਿ ਤੁਹਾਡੀ ਵੀ ਆਡੀਅੰਸ ਇਸ ਨਾਟਕ ਨੂੰ ਵੇਖੇ ਤੇ ਆਨੰਦ ਮਾਣੇ। ਅੱਛਾ ਮੈਮ, ਥੋੜਾ ਹਟ ਕੇ ਗੱਲ ਕਰੀਏ, ਜੇਕਰ ਸੰਗੀਤਾ ਗੁਪਤਾ ਨੂੰ ਗੁੱਸਾ ਕਦੋਂ ਆਇਆ? ਲਾਸਟ ਟਾਈਮ ਉਹਨੂੰ ਸੰਗੀਤਾ ਗੁਪਤਾ ਨੂੰ ਗੁੱਸਾ ਕਦੋਂ ਆਇਆ? ਸੰਗੀਤਾ ਗੁਪਤਾ ਨੂੰ ਹਮੇਸ਼ਾ ਹੀ ਨੌਨ ਡਿਸਿਪਲਿਨ ਲੋਕਾਂ ਤੇ ਗੁੱਸਾ ਆਉਂਦਾ ਹੈ। ਅੱਛਾ। ਜਦੋਂ ਜਿਹੜੇ ਲੋਕ ਸਮੇਂ ਦੀ ਕਦਰ ਨਹੀਂ ਕਰਦੇ, ਸਮੇਂ ਦੀ ਪਾਬੰਦੀ ਨਹੀਂ ਰੱਖਦੇ, ਮੈਨੂੰ ਉਹਨਾਂ ਤੇ ਬਹੁਤ ਗੁੱਸਾ ਆਉਂਦਾ। ਦੂਜੀ ਗੱਲ, ਜਿਹੜੇ ਲੋਕ ਮਿਹਨਤੀ ਨਹੀਂ ਹੈਗੇ, ਮੈਨੂੰ ਉਹਨਾਂ ਤੇ ਗੁੱਸਾ ਆਉਂਦਾ। ਜਿਹੜੇ ਲੋਕਾਂ ਦਾ ਜੀਵਨ 'ਚ ਕੋਈ ਟਾਰਗੇਟ ਨਹੀਂ ਹੈਗਾ, ਟਾਰਗੇਟ ਇਹ ਵੀ ਹੋ ਸਕਦਾ ਕਿ ਅੱਜ ਮੈਂ ਆਪਣੇ ਘਰੋਂ ਚੱਲ ਕੇ ਕਲਾ ਭਵਨ ਪਹੁੰਚਣਾ 9 ਵਜੇ, ਉੱਥੇ ਜਾ ਕੇ ਮੈਂ 2 ਦੋਸਤਾਂ ਨਾਲ ਇਸ ਕਿਤਾਬ ਬਾਰੇ ਜਾਂ ਇਸ ਨਾਟਕ ਬਾਰੇ ਗੱਲ ਕਰਨੀ ਅਤੇ ਘਰ ਵਾਪਸ ਆ ਜਾਣਾ। ਇਹ ਟਾਰਗੇਟ ਵੀ ਅਚੀਵ ਹੋ ਜਾਂਦਾ। ਬਸ ਇਹਨਾਂ ਇਹੋ ਜਿਹੇ ਲੋਕਾਂ 'ਤੇ ਮੈਨੂੰ ਗੁੱਸਾ ਆਉਂਦਾ ਜਿਹੜੇ ਇੰਨਾ ਵੀ ਨਹੀਂ ਕਰਦੇ, ਇੰਨਾ ਵੀ ਨਹੀਂ ਕਰਦੇ ਜਿਹੜੇ। ਪੂਰੀ ਕਮਾਲ ਦੀ ਤੇ ਪੂਰੀ ਸ਼ਿੱਦਤ ਨਾਲ ਰਿਹਰਸਲ ਕਰਦੀ ਹੈ ਆਪਣੇ ਨਾਟਕ ਦੀ, ਰਿਹਰਸਲ ਕਰਦੀ ਹੈ ਤੇ ਉਹਨੂੰ ਰਿਹਰਸਲ ਕਰਕੇ ਸਵਾਦ ਆ ਜਾਂਦਾ। ਕੁਛ ਐਸਾ ਕ੍ਰੀਏਟ ਹੁੰਦਾ, ਕੁਛ ਐਸਾ ਜਲਵਾ ਹੁੰਦਾ ਜਿਹੜਾ ਉਹਨੂੰ ਲੱਗਦਾ ਹੁੰਦਾ ਵੀ ਉਹਨੇ ਸੋਚਿਆ ਸੀ ਇੱਦਾਂ ਹੋਊਗਾ, ਪਰ ਸੱਚਮੁੱਚ ਰਿਹਰਸਲ 'ਚ ਐਕਟਰ ਉਹ ਕਰ ਦਿਖਾਉਂਦੇ ਨੇ। ਮੇਰੇ ਲਈ ਉਹ ਪਰਫੈਕਟ ਡੇ ਬਣ ਜਾਂਦਾ। ਅੱਛਾ ਮੈਮ, 3 ਰੂਲਸ ਆਫ ਯੋਰ ਲਾਈਫ, 3 ਰੂਲ ਤੁਹਾਡੀ ਜ਼ਿੰਦਗੀ ਦੇ ਕਿਹੜੇ ਕਿਹੜੇ ਨੇ ਜਿਹੜੇ ਬਿਲਕੁਲ ਵੀ ਚੇਂਜ ਨਹੀਂ ਹੋ ਸਕਦੇ? ਡਿਸਿਪਲਿਨ, ਹਾਂਜੀ, ਡੈਡੀਕੇਸ਼ਨ ਐਂਡ ਡਿਟਰਮੀਨੇਸ਼ਨ। ਇਸ ਲਈ ਸਾਰੇ ਬੱਚੇ ਫੀਲਡ ਦੇ ਜਿਹੜੇ ਮੇਰੇ ਨਾਲ ਕੰਮ ਕਰਦੇ ਸਟੂਡੈਂਟਸ, ਉਹ ਪਿਆਰ ਨਾਲ ਮੈਨੂੰ ਡੀ ਕਹਿੰਦੇ ਨੇ। D means all my all perfections are belongs to D. D means वैसे director है, पर मैं उन्होंने मैं dangerous है। अच्छा अच्छा, क्या बात है। वो डर देगी उन्हें तो बड़े कोलो के यार आज रिहर्सल है, शाम में डर ना मैडम। मेरा पता नहीं क्यों डर बहुत ज्यादा है। अच्छा। सब नू मैं तो बहुत डर लगता है, मैनू बिल्कुल नहीं पता। देख जेड़ा बंदा मैनू जान जांदा है ना कि मेरा गुस्सा दूध दी झग वर्गा है, उबाल आया ਨੀਚੇ ਬੈਠ ਗਿਆ, 10 ਮਿੰਟ ਬਾਅਦ ਮੈਨੂੰ ਇਹ ਵੀ ਭੁੱਲ ਜਾਂਦਾ ਕਿ ਮੈਂ ਇਸ ਤੇ ਕਿਸ ਗੱਲ ਲਈ ਗੁੱਸਾ ਕੀਤਾ। ਅੱਛਾ। ਕਿਉਂਕਿ ਮੇਰਾ ਜਿੰਨਾ ਗੁੱਸਾ ਹੈਗਾ ਉਹਨਾਂ ਪਿਆਰ ਵੀ ਤੇ ਹੈਗਾ ਨਾ, ਬਿਲਕੁਲ ਬਿਲਕੁਲ, ਮੁਹੱਬਤ ਵੀ ਉਨੀ ਹੈ ਤੇ ਉਹ ਮੈਨੂੰ ਗੁੱਸੇ ਨੂੰ ਭੁਲਾ ਦਿੰਦੀ ਹੈ। ਗੁੱਸਾ ਮੈਨੂੰ ਇਸ ਲਈ ਆ ਰਿਹਾ ਹੁੰਦਾ ਕਿ ਮੈਂ ਇਹਨੂੰ ਇਹਦੀ ਬਿਹਤਰੀ ਤੇ ਭਲਾਈ ਲਈ ਕਹਿ ਰਹੀ ਹਾਂ, ਇਹਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ, ਇਸ ਗੱਲ ਦੀ ਤਕਲੀਫ ਹੁੰਦੀ ਹੈ, ਇਸ ਕਰਕੇ ਗੁੱਸਾ ਆਉਂਦਾ। ਚਲੋ, ਇੰਨਾ ਤਾਂ ਆਉਣਾ ਵੀ ਚਾਹੀਦਾ। ਅੱਛਾ ਮੈਮ, ਰਿਗਰੈਟ, ਐਨੀ ਰਿਗਰੈਟ ਆਫ ਯੋਰ ਲਾਈਫ, ਕੋਈ ਹੈ ਇਦਾਂ ਦਾ ਇਨਸੀਡੈਂਟ ਤੁਹਾਡਾ ਕੋਈ ਰਿਗਰੈਟ? 93-94 'ਚ ਮੈਂ ਮੁੰਬਈ ਚਲੀ ਗਈ ਸੀ। ਮੁੰਬਈ ਜਾ ਕੇ ਮੈਂ ਇੱਕ ਸੀਰੀਅਲ ਵਿੱਚ ਮੇਨ ਰੋਲ ਲਈ ਸਿਲੈਕਟ ਹੋ ਗਈ ਸੀ। ਓਕੇ। ਜਿਵੇਂ ਅੱਜ ਬਾਲਾ ਜੀ ਹੈ, ਉਵੇਂ ਮਹੇਸ਼ ਭੱਟ ਉਹਨਾਂ ਦਾ ਇੱਕ ਪ੍ਰੋਡਕਸ਼ਨ ਹਾਊਸ ਸੀਗਾ। ਅਨੰਤ ਮਹਾਦੇਵਨ ਜੀ ਇੱਕ ਸੀਰੀਅਲ ਨੂੰ ਡਾਇਰੈਕਟ ਕਰ ਰਹੇ ਸੀ। ਇੱਛਾ ਤਾਂ ਮੇਰੀ ਰਮਨ ਕੁਮਾਰ ਜੀ ਨੂੰ ਮਿਲਣ ਦੀ ਸੀ, ਪਰ ਮੈਂ ਉਹਨਾਂ ਨੂੰ ਮਿਲ ਨਹੀਂ ਸੀ ਪਾਈ ਕਿਉਂਕਿ ਉਹਨਾਂ ਦਾ ਤਾਰਾ ਸੀਰੀਅਲ ਚੱਲਦਾ ਸੀ ਅਤੇ ਮੈਂ ਉਹਦੀ ਬਹੁਤ ਵੱਡੀ ਫੈਨ ਸੀ। ਉਸ ਸੀਰੀਅਲ 'ਚ ਮੇਰੀ ਸਿਲੈਕਸ਼ਨ ਹੋ ਗਈ, ਦੀਵਾਲੀ ਦੀਆਂ ਛੁੱਟੀਆਂ ਹੋਈਆਂ, ਮੈਂ ਘਰ ਆ ਗਈ। ਅੱਛਾ। ਘਰ ਆਈ ਤਾਂ ਮੇਰੇ ਮਾਂ ਦੀ ਥਾਈ ਬੋਨ ਟੁੱਟ ਗਈ, ਉਹ 9 ਮਹੀਨੇ ਲਈ ਬਿਸਤਰ 'ਤੇ ਪੈ ਗਈ। ਓਕੇ। ਮੈਂ ਦੁਬਾਰਾ ਉਸ ਸੀਰੀਅਲ ਨੂੰ ਕਰਨ ਲਈ ਬੰਬੇ ਵਾਪਸ ਨਹੀਂ ਜਾ ਸਕੀ, ਮੇਰੇ ਫਾਦਰ ਜਾ ਕੇ ਮੇਰਾ ਸਮਾਨ ਚੁੱਕ ਕੇ ਲੈ ਕੇ ਆਏ। ਇਹ ਰਿਗਰੈਟ ਹੈ ਕਿ ਜੇ ਮੈਂ ਉਹ ਸੀਰੀਅਲ ਕਰ ਲਿਆ ਹੁੰਦਾ ਤਾਂ ਮੇਰੇ ਨਾਲ ਦੀਆਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਐਕਟਰੈਸਿਸ ਬਣ ਚੁੱਕੀਆਂ ਨੇ ਤਾਂ ਮੇਰਾ ਟੈਲੈਂਟ ਵੀ ਨੈਸ਼ਨਲ ਲੈਵਲ 'ਤੇ ਆ ਗਿਆ ਹੁੰਦਾ। ਬਿਲਕੁਲ। ਅਤੇ ਮੇਰਾ ਉਹ ਸੁਪਨਾ ਹਰਪਿੰਦਰ ਕਿ ਮੈਂ ਸੋਸ਼ਲ ਵਰਕ ਕਰਨਾ ਚਾਹੁੰਦੀ ਹਾਂ, ਮੈਂ ਕੁੜੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਆਪਣੀ ਉਡਾਨ ਜਿੰਨੀ ਮਰਜ਼ੀ ਉੱਚੀ ਭਰ ਸਕਦੀਆਂ ਨੇ, ਬਸ ਉਹਨਾਂ ਨੇ ਇਹ ਪਛਾਣਨਾ, ਇਹ ਦੇਖਣਾ ਕਿ ਉਹਨਾਂ ਦੇ ਖੰਭ ਕਿਵੇਂ ਲੱਗਣਗੇ, ਤਾਂ ਉਹ ਸੁਪਨਾ ਸ਼ਾਇਦ ਬਹੁਤ ਸਾਲ ਪਹਿਲਾਂ ਪੂਰਾ ਹੋ ਗਿਆ ਹੁੰਦਾ। ਪਰ ਰਿਗਰੈਟ ਥੋੜ੍ਹਾ ਜਿਹਾ ਹੁੰਦਾ, ਲੇਕਿਨ ਬਸ ਖੁਸ਼ੀ ਇਸ ਗੱਲ ਦੀ ਹੈ ਕਿ ਕੁਦਰਤ ਨੇ ਜਾਂ ਕਿਸਮਤ ਨੇ ਮੈਨੂੰ ਜਿਸ ਗੱਲ ਲਈ ਚੁਣਿਆ, ਮੈਂ ਉਸ ਕੰਮ ਨੂੰ ਕਰ ਰਹੀ ਹਾਂ ਐਂਡ ਮੈਂ ਇੰਜੋਏ ਕਰ ਰਹੀ ਹਾਂ ਉਸ ਕੰਮ ਨੂੰ। ਅੱਛਾ ਮੈਮ, ਇੱਕ ਨਾ ਹੁੰਦਾ, ਇੱਕ ਗੱਲ ਹੁੰਦੀ ਹੈ ਸੋਸਾਇਟੀ ਦੇ ਵਿੱਚ ਕਿ ਮੈਂ ਜੇ ਮੇਰੇ ਅੰਦਰ ਕੋਈ ਚੀਜ਼ ਆ ਜਾਵੇ ਮੈਂ ਉਹ ਚੇਂਜ ਕਰ ਸਕਦੀ ਹਾਂ, ਕੋਈ ਇੱਦਾਂ ਦੀ ਗੱਲ ਹੈਗੀ ਹੈ ਕਿ ਸੋਸਾਇਟੀ ਦੇ ਵਿੱਚ ਇੱਕ ਰੂਲ ਹੋਵੇ ਜਿਹੜਾ ਲੱਗਦਾ ਕਿ ਪ੍ਰੈਸ਼ਰ ਹੈ, ਰੂਲ ਬਿਨਾਂ ਗੱਲ ਤੋਂ ਬਣਾਇਆ ਗਿਆ ਰੂਲ, ਇੱਦਾਂ ਦਾ ਕੋਈ ਹੈ ਤੁਹਾਨੂੰ ਮੈਂ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਚੇਂਜ ਕਰ ਸਕਦੀ ਹਾਂ? ਮੈਨੂੰ ਲੱਗਦਾ ਹੈ ਹਰਪਿੰਦਰ, ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਉਹ ਹੈ ਓਨੈਸਟੀ, ਇਮਾਨਦਾਰੀ। ਜੇ ਲੋਕ ਇਮਾਨਦਾਰ ਹੋ ਜਾਣ ਨਾ ਸੋਸਾਇਟੀ 'ਚ, ਇਮਾਨਦਾਰੀ ਨਾਲ ਆਪਣਾ ਕੰਮ ਕਰਨ,
ਇਮਾਨਦਾਰੀ ਨਾਲ ਸੋਚਣ ਤੇ ਆਪਣੇ ਆਪ ਦਾ ਸਾਹਮਣਾ ਕਰਨ ਇਹ ਸੋਸਾਇਟੀ ਚੇਂਜ ਹੋ ਸਕਦੀ ਹੈ। ਮੈਂ ਘੱਟ ਤੋਂ ਘੱਟ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਿੱਥੇ ਨਾ ਸਰੇ ਸਿਰਫ ਉੱਥੇ, ਜਿੱਥੇ ਕਿਸੇ ਦੀ ਭਲਾਈ ਹੋਵੇ ਸਿਰਫ ਉੱਥੇ ਝੂਠ ਬੋਲਦੀ ਹਾਂ, ਜਿੱਥੇ ਮੈਂ ਕਿਸੇ ਨੂੰ ਬਚਾਉਣਾ ਹੋਵੇ। ਅਦਰਵਾਈਜ਼ ਮੇਰੇ ਜੀਵਨ ਦਾ ਮੰਤਰਾ, ਮੈਂ ਕਦੇ ਵੀ ਝੂਠ ਨਹੀਂ ਬੋਲਦੀ, ਮੈਂ ਓਨੈਸਟ ਹਾਂ। ਅਤੇ ਮੈਨੂੰ ਆਪਣੇ ਐਕਟਰ ਹੋਣ 'ਤੇ, ਡਾਇਰੈਕਟਰ ਹੋਣ 'ਤੇ ਜਾਂ ਇਨਸਾਨ ਹੋਣ 'ਤੇ ਨਹੀਂ, ਪਰ ਮੈਨੂੰ ਆਪਣੇ ਓਨੈਸਟ ਹੋਣ 'ਤੇ ਮਾਣ ਬਸ। ਅੱਛਾ, ਮੈਂ ਰਿਲੇਸ਼ਨਸ਼ਿਪ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਮਤਲਬ ਹਾਂਜੀ ਮਤਲਬ ਫੈਮਿਲੀ ਦੇ ਹੋ ਗਏ, ਪੇਰੈਂਟਸ ਦੇ ਹੋ ਗਏ, ਕੁਛ ਵੀ ਕਰ ਲਓ ਤੁਸੀਂ, ਰਿਲੇਸ਼ਨਸ਼ਿਪ ਤੋਂ ਬਿਨਾਂ ਤਾਂ ਜ਼ਿੰਦਗੀ ਨਹੀਂ ਹਰਪਿੰਦਰ, ਤੁਸੀਂ ਜੀ ਨਹੀਂ ਸਕਦੇ। ਮੈਨੂੰ ਮੇਰੇ ਮਾਂ ਬਾਪ ਨੇ ਪੈਦਾ ਕੀਤਾ, ਮੇਰੇ ਫਾਦਰ ਨੂੰ ਮਰੇ 19 ਸਾਲ ਹੋ ਗਏ ਨੇ, ਮੇਰੀ ਮਦਰ ਨੂੰ ਮਰੇ 5-6 ਸਾਲ ਹੋ ਗਏ ਨੇ, ਮੈਨੂੰ ਛੱਡ ਕੇ ਚਲੇ ਗਏ ਨੇ, ਪਰ ਮੈਨੂੰ ਮੇਰੇ ਮਾਮੇ ਮਾਮੀਆਂ ਨੇ ਪਾਲਿਆ, ਉਹ ਮੇਰੇ ਮਾਂ ਬਾਪ ਦੀ ਥਾਂ ਲਈ ਆ ਉਹਨਾਂ ਨੇ। ਅਤੇ ਇਸ ਤੋਂ ਵੱਡਾ ਐਗਜ਼ਾਮਪਲ ਤਾਂ ਹੋਰ ਹੋ ਨਹੀਂ ਸਕਦਾ। ਮੇਰੇ ਸਟੂਡੈਂਟਸ ਜਿਹੜੇ ਹੈਗੇ ਨੇ, ਉਹਨਾਂ ਨੂੰ ਮੈਂ ਆਪਣੇ ਬੱਚੇ ਸਮਝਦੀ ਹਾਂ, ਉਹਨਾਂ ਨਾਲ ਮੇਰਾ ਟੀਚਰ ਅਤੇ ਸਟੂਡੈਂਟ ਵਾਲਾ ਰਿਸ਼ਤਾ ਨਹੀਂ ਹੈਗਾ, ਮਾਂ ਧੀ ਅਤੇ ਮਾਂ ਪੁੱਤ ਦਾ ਰਿਸ਼ਤਾ ਵੀ ਹੈ। ਕੁਛ ਮੇਰੇ ਸਟੂਡੈਂਟਸ ਮੇਰੇ ਬਹੁਤ ਕਲੋਜ਼ ਦੋਸਤ ਵੀ ਨੇ, ਮੇਰੇ ਮਿੱਤਰ, ਜਿਨ੍ਹਾਂ ਦਾ ਮੈਂਟਲ ਲੈਵਲ, ਮਾਨਸਿਕ ਲੈਵਲ ਮੇਰੇ ਬਰਾਬਰ ਦਾ ਹੈ, ਜਿਹੜੇ ਮੇਰੇ ਲੈਵਲ ਦੀ, ਮੇਰੀ ਉਮਰ ਦੇ ਲਿਹਾਜ਼ ਦੀ ਨਹੀਂ, ਮੇਰੇ ਲੈਵਲ ਦੀ ਗੱਲ ਕਰ ਲੈਂਦੇ ਨੇ, ਉਹ ਮੇਰੇ ਦੋਸਤ ਵੀ ਨੇ, ਕਰੀਬੀ ਦੋਸਤ ਨੇ, ਜਿਹਨਾਂ ਨੂੰ ਮੈਂ ਦਿੱਲੀ ਦੀਆਂ ਗੱਲਾਂ ਵੀ ਦੱਸਦੀ ਹਾਂ, ਜਿਹਨਾਂ ਤੋਂ ਮੈਂ ਸਲਾਹ ਵੀ ਲੈਂਦੀ ਹਾਂ, ਕਿਉਂਕਿ ਇਸ ਗੱਲ 'ਚ ਕਾਹਦੀ ਸ਼ਰਮ। ਬਿਲਕੁਲ, ਕਿਸੇ ਨੂੰ ਜੇ ਤੁਹਾਡੇ ਤੋਂ ਵੱਧ ਪਤਾ ਹੈ ਤਾਂ ਹੋ ਸਕਦਾ ਉਹਨੇ ਤੁਹਾਡੇ ਤੋਂ ਵੱਧ ਉਸ ਚੀਜ਼ ਬਾਰੇ ਜਾਣ ਲਿਆ ਹੋਵੇ, ਤੁਸੀਂ ਹੋ ਸਕਦਾ ਆਪਣੇ ਸਰਕਲ ਦੇ ਵਿੱਚ ਰਹਿ ਗਏ ਹੋ, ਪਰ ਅਦਰਵਾਈਜ਼ ਸਭ ਤੋਂ ਬੜਾ ਰਿਲੇਸ਼ਨ ਦਾ ਐਗਜ਼ਾਮਪਲ ਮੇਰੇ ਕੋਲ ਮੇਰੀ ਦੋਸਤ ਹੈ ਲਵਲੀਨ ਕੌਰ, ਜਿਹੜੀ ਕਿ ਮੇਰੇ ਨਾਲ ਪਿਛਲੇ 22 ਸਾਲਾਂ ਤੋਂ ਰਹਿ ਰਹੀ ਹੈ, ਉਹਨਾਂ ਨੇ ਵੀ ਵਿਆਹ ਨਹੀਂ ਕਰਾਇਆ, ਅਸੀਂ ਦੋਨੋਂ ਇਕੱਠੇ ਕੰਮ ਕਰਦੀਆਂ, ਉਹ ਪ੍ਰੋਡਕਸ਼ਨ, ਅਤੇ ਤੁਹਾਨੂੰ ਪਤਾ ਹੀ ਹੈ ਪ੍ਰੋਡਕਸ਼ਨ ਦੇਖਦੀ ਹੈ, ਇਹ ਸਾਰਾ ਗਰੁੱਪ ਸਾਂਭਦੀ ਹੈ, ਮੈਂ ਡਾਇਰੈਕਸ਼ਨ ਦੇਖਦੀ ਹਾਂ, ਦੋਨੋਂ ਦਾ ਆਪਣਾ ਆਪਣਾ ਫੀਲਡ ਹੈ, ਆਪਣੇ ਆਪਣੇ ਫੀਲਡ 'ਚ ਕੰਮ ਕਰਦੇ ਹੋਏ ਅਸੀਂ ਇਸ ਸਫ਼ਰ ਨੂੰ ਤੈਅ ਕੀਤਾ ਹੈ। ਹਰਵਿੰਦਰ, ਸ਼ਾਇਦ ਮੈਨੂੰ 10 ਸਾਲ ਹੋਰ ਲੱਗਦੇ ਜਿੱਥੇ ਮੈਂ ਪਹੁੰਚ ਗਈ ਹਾਂ ਪਹੁੰਚਣ ਨੂੰ, ਜੇ ਮੇਰੇ ਪਿੱਛੇ ਲਵਲੀਨ ਨਾ ਖੜੇ ਹੁੰਦੇ। ਸੋ ਰਿਸ਼ਤਿਆਂ ਦੀ ਇਸ ਤੋਂ ਵੱਡੀ ਪਰਿਭਾਸ਼ਾ ਨਹੀਂ ਹੋ ਸਕਦੀ। ਕਿਆ ਬਾਤ, ਮੈਂ ਬਹੁਤ ਸਿੱਖਣ ਨੂੰ ਮਿਲਦਾ ਤੁਹਾਡੇ ਨਾਲ ਜਿੱਦਾਂ ਜਿੱਦਾਂ ਮੈਂ ਗੱਲ ਕਰਦਾ ਜਾ ਰਿਹਾ ਨਾ ਅੱਗੇ ਅੱਗੇ। ਅੱਛਾ, ਤੁਹਾਨੂੰ ਲਾਸਟ ਕੰਪਲੇਂਟ ਤੁਹਾਨੂੰ ਰਿਸੀਵ ਹੋਈ ਹੋਵੇ ਕਿਸੇ ਆਪਣੇ ਕਲੋਜ਼ ਫਰੈਂਡ ਦੇ ਕੋਲੋਂ, ਜਿਹਨਾਂ ਤੁਸੀਂ ਪਿੰਚ ਹੋਏ ਹੋਵੋਗੇ ਕਿ ਇਹ ਤਾਂ ਮੈਂ ਕੀਤਾ ਹੀ ਨਹੀਂ, ਬੇਟਾ ਮੈਨੂੰ ਬਿਨਾਂ ਗੱਲ ਤੋਂ ਕਹਿ ਗਿਆ? ਨਹੀਂ, ਕਿਉਂਕਿ ਮੈਂ ਇਲੌਜੀਕਲ ਗੱਲਾਂ ਘੱਟ ਕਰਦੀ ਹਾਂ, ਇੱਦਾਂ ਤਾਂ ਮੈਨੂੰ ਕਦੇ ਕਿਸੇ ਨੇ ਕਿਹਾ ਨਹੀਂ ਹੈਗਾ, ਲੇਕਿਨ ਹਾਂ ਮੈਨੂੰ ਇੱਕ ਦੋ ਲੋਕਾਂ ਤੋਂ ਕੰਪਲੇਂਟਸ ਹੈਗੀਆਂ। ਮੇਰੇ ਇੱਕ ਦੋ ਵਿਦਿਆਰਥੀ ਹੈ ਜਿਨ੍ਹਾਂ ਨੂੰ ਮੈਂ ਸਿਖਾਇਆ ਸੀ ਕਿ ਕੰਮ ਦੀ ਜਗ੍ਹਾ 'ਤੇ ਆਸ਼ਕੀ ਨਹੀਂ ਕਰਨੀ, ਉਹਨਾਂ ਨੇ ਮੇਰੀ ਗੱਲ ਮੰਨੀ ਨਹੀਂ, ਚਪੇੜਾਂ ਵੀ ਲਾਈਆਂ, ਡਾਂਟਿਆ ਵੀ, ਪਰ ਆਪਣੇ ਨਾਲ ਵੱਖ ਨਹੀਂ ਕੀਤਾ, ਨਾਲ ਜੋੜੀ ਰੱਖਿਆ। ਕਿਉਂਕਿ ਜਿਹੜਾ ਪੱਤਾ ਇੱਕ ਰੁੱਖ ਨਾਲ ਟੁੱਟ ਜਾਵੇ ਨਾ ਹਰਪਿੰਦਰ, ਫਿਰ ਉਹਦਾ ਵਜੂਦ ਨਹੀਂ ਰਹਿੰਦਾ, ਉਹ ਭਟਕਣ ਲੱਗ ਜਾਂਦਾ ਹੈ। ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਉਸ ਗਲਤੀ ਨੂੰ ਸੁਧਾਰਨਾ ਚਾਹੀਦਾ, ਮਾਫ਼ ਕਰਨਾ ਚਾਹੀਦਾ, ਅਤੇ ਉਸ ਸ਼ਖਸ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਉਹ ਦੁਬਾਰਾ ਗਲਤੀ ਤਾਂ ਨਹੀਂ ਕਰਦਾ, ਸਾਨੂੰ ਵੀ ਉਹਦੇ ਪਿੱਛੇ ਖੜੇ ਹੋਣਾ ਚਾਹੀਦਾ। ਦੂਜੀ ਮੈਨੂੰ ਜਿਹੜੀ ਕੰਪਲੇਂਟ ਹੈ ਉਹ ਲਵਲੀਨ ਕੌਰ ਤੋਂ ਹੈ। ਅੱਛਾ, ਉਹਨਾਂ ਤੋਂ ਵੀ ਹੈ, ਸਾਨੂੰ ਦੱਸੋਗੇ ਥੋੜ੍ਹੀ ਜਿਹੀ? ਉਹਨਾਂ 'ਚ ਇੰਨਾ ਟੈਲੈਂਟ ਹੈ, ਔਰਗਨਾਈਜੇਸ਼ਨ ਉਹਨਾਂ ਦੀ ਇੰਨੀ ਕਮਾਲ ਦੀ ਹੈ, ਮੈਂ ਇਹ ਚਾਹੁੰਦੀ ਹਾਂ ਕਿ ਉਹ ਮੇਰੇ ਪਿੱਛੇ ਰਹਿ ਕੇ ਨਹੀਂ, ਮੈਂ ਤੋਂ ਅੱਗੇ ਆ ਕੇ ਆਪਣਾ ਮੁਕਾਮ ਬਣਾਉਣ। ਜਦੋਂ ਕਿਸੇ ਇਨਸਾਨ ਦੇ ਅੰਦਰ ਇੰਨਾ ਹੁਨਰ ਹੁੰਦਾ, ਦੇਖੋ ਮੈਂ ਚਮਕ ਰਹੀ ਹਾਂ ਹਰ ਜਗ੍ਹਾ 'ਤੇ, ਪਿੱਛੇ ਕੋਈ ਨਹੀਂ ਦੇਖ ਰਿਹਾ, ਸਿਰਫ ਆਪਣੇ ਲੋਕਾਂ ਨੂੰ ਪਤਾ ਹੈ। ਮੈਂ ਚਾਹੁੰਦੀ ਹਾਂ ਉਹ ਵੀ ਅੱਗੇ ਆਉਣ, ਆਪਣਾ ਇੱਕ ਵੱਖਰਾ ਮੁਕਾਮ, ਆਪਣੀ ਵੱਖਰੀ ਪਹਿਚਾਣ ਬਣਾਉਣ। ਉਹ ਲਾਇਰ ਨੇ ਪੇਸ਼ੇ ਤੋਂ। ਤੁਸੀਂ ਕਦੇ ਕਿਹਾ ਨਹੀਂ ਉਹਨਾਂ ਨੂੰ ਕਿ ਸਾਡੀ ਪਲੇ ਦੀ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਰੋਲ ਕਰੋ? ਮੈਂ ਕਿਹਾ ਰੋਲ ਤਾਂ ਉਹ ਕਦੇ ਵੀ ਨਹੀਂ ਕਰਨਗੇ, ਉਹਨਾਂ ਨੂੰ ਕਹਿੰਦੇ ਮੈਨੂੰ ਰੋਲ ਕਰਕੇ ਮਜ਼ਾ ਨਹੀਂ ਆਉਂਦਾ, ਮੈਨੂੰ ਬੈਕ ਸਟੇਜ ਦੀਆਂ ਤਾੜੀਆਂ ਦੀ ਭੁੱਖ ਹੈ, ਮੈਨੂੰ ਹੁੰਦਾ ਕਿ ਜਿਹੜਾ ਨਾਟਕ ਹੋ ਰਿਹਾ ਉਹ ਬਸ ਕੰਪਲੀਟ ਹੋ ਜਾਵੇ, ਮੇਰੀ ਅਚੀਵਮੈਂਟ ਹੈ। ਜਿਹੜਾ ਇੱਕ ਆਪਣਾ ਨਾਟਕ ਦਾ ਸਫ਼ਰ ਸ਼ੁਰੂ ਹੋਇਆ ਉਹ ਸਫ਼ਰ ਕੰਪਲੀਟ ਹੋ ਜਾਵੇ, ਇਹ ਸੈਟੀਸਫੈਕਸ਼ਨ ਹੈ, ਇਹ ਉਹਨਾਂ ਦਾ ਸਬਰ ਹੈ। ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਜਿੰਨੀ ਲੌਜੀਕਲ ਗੱਲਾਂ ਉਹ ਕਰਦੇ ਨੇ, ਮੈਂ ਉਹਨਾਂ ਨੂੰ ਹੋ ਸਕਦਾ ਉਹਨਾਂ ਦੀ ਪ੍ਰੈਕਟਿਸ ਸ਼ੁਰੂ ਕਰਾ ਦਾਂ, ਤੁਸੀਂ ਕਹਿ ਸਕਦੇ ਹੋ ਕਿ ਵੈਲਫੇਅਰ ਦੀ ਰਾਹ ਤੇ ਵੀ ਚੱਲਦੀਆਂ, ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਹੱਕ ਨਹੀਂ ਮਿਲਿਆ, ਸ਼ਾਇਦ ਲਵੀਨ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਉਹਨਾਂ ਦਾ ਹੱਕ ਦਵਾ ਸਕੇ, ਸ਼ਾਇਦ ਉਹਦਾ ਕਾਲਾ ਕੋਟ ਮੁੜ ਕੇ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ 'ਚ ਰੋਸ਼ਨੀ ਕਰ ਸਕੇ। ਨਾਲੇ ਅਸੀਂ ਹਰਪਿੰਦਰ ਸਹੀ ਉਹ ਸਹੀ ਸਲਾਹ ਦੇ ਸਕਦੇ ਹਾਂ ਨਾ, ਉਹ ਇੱਕ ਵਕੀਲ ਦੇ ਤੌਰ ਤੇ ਵੀ ਸਲਾਹ ਦੇ ਸਕਦੇ ਹਾਂ, ਲੇਕਿਨ ਇੱਕ ਥੀਏਟਰ ਪਰਸਨ ਤੇ ਜਿਹਨੇ ਜ਼ਿੰਦਗੀ ਦੇਖੀ ਤੇ ਸਮਝੀ ਹੈ, ਬਿਲਕੁਲ ਬਿਲਕੁਲ, ਉਹ ਉਸ ਬੰਦੇ ਨੂੰ ਉਸ ਬੰਦੀ ਨੂੰ ਜਾਂ ਬੰਦੇ ਨੂੰ ਸਹੀ رائے ਦੇ ਸਕਦੇ। ਬਿਲਕੁਲ ਬਿਲਕੁਲ, ਸਿਰਫ ਪੈਸੇ ਕਮਾਉਣ ਲਈ ਨਹੀਂ ਕਿ ਮੁਰਗਾ ਆ ਗਿਆ ਤੇ ਫਸਾ ਲਓ, ਇਹ ਨਹੀਂ ਹੋ। ਅੱਛਾ ਮੈਮ, ਅਪਕਮਿੰਗ ਆਰਟਿਸਟ ਲਈ ਕੋਈ ਟਿਪਸ ਦੇ ਦਿਓ। ਦੇਖੋ ਬੇਟਾ, ਜੇ ਕਲਾਕਾਰ ਬਣਨਾ ਹੈ
ਤਾਂ ਸਭ ਤੋਂ ਪਹਿਲੀ ਗੱਲ ਮੈਂ ਜਿਹੜੀ ਹੁਣੀ ਕਹੀ ਹੈ ਇਮਾਨਦਾਰੀ, ਹਾਂਜੀ, ਦੂਸਰੀ ਗੱਲ ਹੈ ਤੁਹਾਡਾ ਪੱਕਾ ਇਰਾਦਾ, ਤੀਸਰੀ ਗੱਲ ਹੈ ਤੁਹਾਡੀ ਸਖਤ ਮਿਹਨਤ, ਚੌਥੀ ਗੱਲ ਹੈ ਪਿੱਛੇ ਮੁੜ ਕੇ ਨਾ ਦੇਖਿਓ ਜੇ ਇੱਕ ਵਾਰ ਅੱਗੇ ਵਧਣ ਦਾ ਸੋਚ ਲਿਆ। ਜਿਹੜਾ ਬੰਦਾ ਮਿਹਨਤੀ ਹੈ, ਜਿਹੜਾ ਬੰਦਾ ਡਿਸਿਪਲਿਨਡ ਹੈ, ਜਿਹੜਾ ਬੰਦਾ ਆਪਣੇ ਇਰਾਦੇ ਦਾ ਮਜ਼ਬੂਤ ਹੈ, ਉਹਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਬਸ ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਇਹ ਕੋਈ 3 ਮਹੀਨੇ ਜਾਂ 6 ਮਹੀਨੇ 'ਚ ਪੂਰਾ ਹੋਣ ਵਾਲਾ ਗੋਲ ਨਹੀਂ ਹੈ। 3 ਮਹੀਨੇ 6 ਮਹੀਨੇ 'ਚ ਸਿਰਫ ਅਸੀਂ ਤੁਹਾਨੂੰ ਇੰਨਾ ਸਿਖਾ ਸਕਦੇ ਹਾਂ ਕਿ ਤੁਸੀਂ ਜਾ ਕੇ ਦੂਜਿਆਂ ਨੂੰ ਫੇਸ ਕਰ ਸਕੋ, ਇੱਕ ਕਰੈਕਟਰ ਨੂੰ ਬਣਾ ਸਕੋ। ਲੇਕਿਨ 3 ਮਹੀਨੇ 'ਚ ਜਾਂ 6 ਮਹੀਨੇ 'ਚ ਕੋਈ ਐਕਟਰ ਤਿਆਰ ਨਹੀਂ ਹੁੰਦਾ। ਇੱਕ ਐਕਟਰ ਦੀ ਜਰਨੀ ਲਾਈਫ ਲੌਂਗ ਹੁੰਦੀ ਹੈ। ਕਿਤਾਬਾਂ ਪੜ੍ਹੋ, ਚੰਗਾ ਸਾਹਿਤ ਪੜ੍ਹੋ ਤਾਂ ਕਿ ਤੁਹਾਨੂੰ ਸ਼ਬਦਾਵਲੀ ਮਿਲੇ। ਆਪਣੀ ਇਮੈਜੀਨੇਸ਼ਨ ਪਾਰ ਨੂੰ ਤੇਜ਼ ਕਰੋ, ਆਪਣੇ ਆਪ ਨੂੰ ਇੱਕ ਐਕਸਪੈਰੀਮੈਂਟ ਸਮਝ ਕੇ ਰੋਜ਼ ਆਪਣੇ ਆਪ 'ਤੇ ਕੰਮ ਕਰੋ। ਸਿਰਫ ਤਾਂ ਹੀ ਤੁਸੀਂ ਇੱਕ ਚੰਗੇ ਐਕਟਰ ਬਣ ਸਕਦੇ ਹੋ, ਔਰ ਉਸ ਤੋਂ ਵੀ ਪਹਿਲਾਂ ਚੰਗੇ ਇਨਸਾਨ ਬਣੋ। ਜੇ ਦਿਲ ਸਾਫ਼ ਹੋਏਗਾ ਨਾ ਤਾਂ ਐਕਟਿੰਗ ਦੇ ਵਿਚਾਰ ਆਉਣ ਨੂੰ ਵੀ ਹਰਡਲਸ ਨਹੀਂ ਹੋਣਗੀਆਂ, ਬੜੀ ਕਲੀਅਰਲੀ ਨਾਲ ਤੁਹਾਡੇ ਪਹਿਲਾਂ ਦਿਲ 'ਚ, ਦਿਮਾਗ 'ਚ ਅਤੇ ਫਿਰ ਆਤਮਾ 'ਚ ਉਤਰ ਜਾਣਗੀਆਂ, ਅਤੇ ਤਾਂ ਹੀ ਦੁਨੀਆ ਤੁਹਾਨੂੰ ਦੇਖ ਕੇ ਕਹੇਗੀ ਵਾਹ ਕਿਆ ਬਾਤ ਹੈ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਮੈਮ ਗੱਲਬਾਤ ਕਰਕੇ, ਅਤੇ ਉਮੀਦ ਕਰਦੇ ਹਾਂ ਤੁਹਾਡੀ ਜਿਹੜੀ ਪ੍ਰੋਡਕਸ਼ਨਸ ਆ ਜਿਹੜੀਆਂ ਪੈਂਡਿੰਗ ਪਈਆਂ ਉਹ ਸਾਨੂੰ, ਮੈਂ ਤਾਂ ਇਹੀ ਉਮੀਦ ਕਰਦਾ ਕਿ 2020 ਦੇ ਵਿੱਚ ਦੇਖਣ ਨੂੰ ਮਿਲ ਜਾਣ ਸਾਨੂੰ। ਬਟ ਫਿਰ ਵੀ ਸਰਕਮਸਟਾਂਸਿਸ ਇਹੋ ਜਿਹੇ ਚੱਲ ਰਹੇ ਸਾਡੇ ਕਿ ਨਹੀਂ ਹੋ ਸਕਦਾ ਕਿ ਪੋਸੀਬਲ, ਬਟ ਆਪਾਂ 2021 ਦੇ ਵਿੱਚ ਆਪਾਂ ਜ਼ਰੂਰ ਦੇਖਾਂਗੇ ਤੁਹਾਡੀ ਪ੍ਰੋਡਕਸ਼ਨਸ। ਹਾਂਜੀ, ਥੈਂਕ ਯੂ ਹਰਪਿੰਦਰ, ਬਹੁਤ ਚੰਗਾ ਲੱਗਿਆ ਤੁਸੀਂ ਮੈਨੂੰ ਬੁਲਾਇਆ। ਹਾਂਜੀ ਹਾਂਜੀ, ਮੈਂ ਤੁਹਾਨੂੰ ਕਾਫੀ ਪੁਰਾਣਾ ਜਾਣਦੀ ਹਾਂ, ਮੇਰੇ ਵਿੱਚ ਬੜਾ ਰਿਗਾਰਡ ਹੈ ਤੁਹਾਡੇ ਲਈ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ, ਕਿਉਂਕਿ ਬਹੁਤ ਬੀਬੇ ਬੱਚੇ ਇਸ ਫੀਲਡ 'ਚ। ਹਾਂਜੀ ਹਾਂਜੀ, ਹੁੰਦੇ ਆ ਜਦੋਂ ਘੱਟ ਹੀ ਹੁੰਦੇ ਨੇ। ਹਾਂਜੀ ਹਾਂਜੀ, ਤੁਸੀਂ ਬੀਬੇ ਬੱਚਿਆਂ ਵਿੱਚੋਂ ਇੱਕ ਹੋ। ਥੈਂਕ ਯੂ ਸੋ ਮਚ, ਥੈਂਕ ਯੂ ਮੈਨੂੰ ਇੱਥੇ ਬੁਲਾਉਣ ਲਈ, ਮੇਰੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ ਲਈ। ਸ਼ੁਕਰੀਆ। ਸੰਗੀਤਾ ਗੁਪਤਾ ਜੀ, ਤੁਸੀਂ ਸੋਸਾਇਟੀ ਦੇ ਵਿੱਚ ਰਹਿ ਰਹੇ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਹੋ। ਮੈਂ ਤੁਹਾਨੂੰ ਕਾਫੀ ਸਾਲਾਂ ਤੋਂ ਫੋਲੋ ਕਰ ਰਿਹਾ, ਚਾਹੇ ਤੁਹਾਡੀਆਂ ਫਿਲਮਾਂ ਹੋਣ, ਚਾਹੇ ਤੁਹਾਡੀ ਥੀਏਟਰ ਦੀ ਪ੍ਰੋਡਕਸ਼ਨ ਹੋਵੇ। ਹਰ ਵਾਰ ਤੁਹਾਨੂੰ ਜਦੋਂ ਵੀ ਮੈਂ ਦੇਖਦਾ ਕੁਛ ਨਾ ਨਵਾਂ ਸਿੱਖਣ ਨੂੰ ਤੁਹਾਡੇ ਕੋਲੋਂ ਮਿਲਦਾ ਸੀ ਹਮੇਸ਼ਾ। ਅਤੇ ਇੱਕ ਛੋਟੀ ਜਿਹੀ ਭੇਂਟ, ਅਸੀਂ ਨਾ ਸਾਡੀ ਇੱਕ ਥੀਮ ਚੱਲ ਰਹੀ ਆ, ਸੀਰੀਜ਼ ਆ ਕਿ ਮੋਸਟ ਇੰਸਪਾਇਰਿੰਗ ਵੂਮੈਨ। ਤੁਸੀਂ ਸਾਨੂੰ ਬਹੁਤ ਇੰਸਪਾਇਰ ਕਰਦੇ ਹੋ। ਇੱਕ ਛੋਟੀ ਜਿਹੀ ਭੇਂਟ ਮੇਰੇ ਵੱਲੋਂ ਅਤੇ ਮੇਰੀ ਟੀਮ ਦੇ ਵੱਲੋਂ, ਮੈਨੂੰ ਤੁਹਾਨੂੰ ਦਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਮੈਮ। ਥੈਂਕ ਯੂ ਹਰਪਿੰਦਰ, ਥੈਂਕ ਯੂ ਵੈਰੀ ਮਚ। ਹੋਰ ਸੈਲੀਬ੍ਰਿਟੀਜ਼ ਦੇ ਇੰਟਰਵਿਊ ਦੇਖਣ ਲਈ ਸਾਡਾ ਯੂਟਿਊਬ ਚੈਨਲ ਪੰਜਾਬੀ ਥੀਏਟਰ ਅਕੈਡਮੀ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਓ। ਥੈਂਕ ਯੂ ਸੋ ਮਚ।